ਸਾਰਿਆਂ ਦਾ ਸਵਾਗਤ ਹੈ ਇਸ ਮੰਚ ਦੇ ਉੱਤੇ ਜਿਹਦਾ ਨਾਂ ਹੈ ਅੱਜ ਦਾ ਮੁੱਦਾ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਅੱਜ ਦਾ ਮੁੱਦਾ। ਇਸ ਮੰਚ ਦੇ ਉੱਤੇ ਭਾਵੇਂ ਉਹ ਮਸਲਾ ਸਿਆਸੀ ਹੁੰਦਾ, ਭਾਵੇਂ ਉਹ ਮਸਲਾ ਕਿਸੇ ਵੀ ਸਿਆਸਤਦਾਨ ਦੇ ਨਾਲ ਜੁੜਿਆ ਹੁੰਦਾ, ਭਾਵੇਂ ਉਹ ਮਸਲਾ ਧਾਰਮਿਕ ਹੋਵੇ, ਭਾਵੇਂ ਉਹ ਮਸਲਾ ਕਿਸੇ ਵੀ ਗਲਿਆਰੇ ਦਾ ਹੋਵੇ, ਉਹਦੀ ਗੂੰਜ ਇੱਥੇ ਤੱਕ ਜ਼ਰੂਰ ਪਹੁੰਚਦੀ ਹੈ। ਔਰ ਜਦੋਂ ਉਹਦੀ ਗੂੰਜ ਇੱਥੇ ਪਹੁੰਚਦੀ ਹੈ ਤਾਂ ਫਿਰ ਇਹ ਮੰਚ ਜਿਹੜਾ ਉਹ ਤਿਆਰ ਰਹਿੰਦਾ ਉਸ ਮਸਲੇ ਦੇ ਉੱਤੇ ਵਿਚਾਰ ਕਰਨ ਦੇ ਲਈ। ਅੱਜ ਵੀ ਤੁਹਾਡੀ ਖਿਦਮਤ ਦੇ ਵਿੱਚ ਮਸਲਾ ਬਹੁਤ ਹੀ ਅਹਿਮ ਸੀਗਾ। ਜ਼ਿਕਰਯੋਗ ਹੈ ਕਿ ਅਸੀਂ ਭਾਵੇਂ ਉਹ ਮਸਲਾ ਨੌਰਥ ਅਮਰੀਕਾ ਦਾ ਹੁੰਦਾ, ਭਾਵੇਂ ਉਹ ਮਸਲਾ ਪੰਜਾਬ ਦੇ ਨਾਲ ਜੁੜਿਆ ਹੁੰਦਾ, ਕਵਾਇਦ ਹੁੰਦੀ ਹੈ ਤੁਹਾਡੀ ਅਤੇ ਸਾਡੀ ਕਿ ਇੱਕ ਰੋਡ ਮੈਪ ਤਿਆਰ ਕੀਤਾ ਜਾਵੇ ਔਰ ਇਸ ਰੋਡ ਮੈਪ ਨੂੰ ਕਿਸ ਤਰੀਕੇ ਨਾਲ ਅੱਗੇ ਲੈ ਕੇ ਜਾਣਾ। ਇਹ ਜ਼ਿੰਮੇਵਾਰੀ ਜਿੰਨੀ ਸਾਡੀ ਹੈ ਮੈਨੂੰ ਲੱਗਦਾ ਉਨੀ ਹੀ ਜ਼ਿੰਮੇਵਾਰੀ ਤੁਹਾਡੀ ਵੀ ਹੈ। ਵਿਚਾਰ ਕਰਕੇ ਉਹਦੇ ਉੱਤੇ ਉਹਨੂੰ ਭੁੱਲ ਜਾਣਾ, ਕਈ ਸਾਰੇ ਔਰਗਨਾਈਜੇਸ਼ਨ ਹਨ ਜੋ ਇਹ ਕਰਦੀਆਂ ਵੀ ਹਨ ਜਿਨ੍ਹਾਂ ਨੂੰ ਸਿਰਫ ਸਿਆਸਤ ਦੇ ਨਾਲ ਮਤਲਬ ਹੁੰਦਾ ਕਿ ਜਦ ਮੌਕੇ ਦੀ ਗੱਲ ਹੈ ਤਾਂ ਉਹ ਗੱਲ ਕਰ ਲਓ ਉਹਦੇ ਬਾਅਦ ਭੁੱਲ ਜਾਵੋ, ਪਰ ਉਹਨਾਂ ਦਾ ਕੀ ਜਿਨ੍ਹਾਂ ਨੇ ਤੁਹਾਡੇ ਉੱਤੇ ਯਕੀਨ ਕੀਤਾ, ਜਿਨ੍ਹਾਂ ਦੇ ਸੁਪਨਿਆਂ ਦੇ ਉੱਤੇ ਤੁਸੀਂ ਪੈਰੋਕਾਰ ਬਣ ਕੇ ਸਾਹਮਣੇ ਆਏ, ਲੇਕਿਨ ਅੱਜ ਵੀ ਕਿਤੇ ਨਾ ਕਿਤੇ ਉਹ ਅਦਾਇਰੇ ਹਮੇਸ਼ਾ ਇਸ ਤਰੀਕੇ ਦੀ ਗੱਲ ਕਰਦੇ ਹਨ, ਭਾਵੇਂ ਉਹ ਕੋਈ ਪਾਰਟੀ ਹੋਵੇ, ਭਾਵੇਂ ਉਹ ਕੋਈ ਅਜਿਹੀ ਔਰਗਨਾਈਜੇਸ਼ਨ ਹੋਏ ਕਿ ਅਸੀਂ ਤੁਹਾਡੇ ਨਾਲ ਹਾਂ, ਜਿੱਥੇ ਤੁਸੀਂ ਕਹੋਗੇ ਅਸੀਂ ਖੜ੍ਹੇ ਹਾਂ, ਅਸੀਂ ਵਚਨਬੰਦ ਹਾਂ। ਇਹ ਅਸੀਂ ਸੁਣੇ ਹੈ, ਤਰਾਜ਼ਦੀ ਰਹੀ ਹੈ ਸਾਡੀ ਹਮੇਸ਼ਾ ਔਰ ਤਰਾਜ਼ਦੀ ਰਹੀ ਹੈ ਸਾਡੀ ਕੌਮ ਦੀ ਵੀ ਕਿ ਭਾਰਤ ਦੀ ਆਜ਼ਾਦੀ ਤੋਂ ਬਾਅਦ ਸਾਨੂੰ ਕੋਈ ਵੀ ਅਜਿਹਾ ਲੀਡਰ ਨਹੀਂ ਲੱਭਿਆ ਜਿਹਦੇ ਉੱਤੇ ਵਿਸ਼ਵਾਸ ਕਰ ਸਕੀਏ, ਜਿਹੜੇ ਲੱਭੇ ਉਹ ਅੱਜ ਸਾਡੇ ਵਿੱਚ ਨਹੀਂ ਹਨ। ਇਹ ਤਰਾਜ਼ਦੀ ਰਹੀ ਹੈ ਸਾਡੀ। ਖੈਰ ਮੈਂ ਗੱਲ ਕਿਉਂ ਕਰ ਰਿਹਾ, ਕਿਉਂਕਿ ਮੈਂ ਤੁਹਾਡੀ ਖਿਦਮਤ ਦੇ ਵਿੱਚ ਲਾਸਟ ਵੀਕ ਇੱਕ ਮੁੱਦਾ ਲੈ ਕੇ ਆਇਆ ਸੀਗਾ ਜਿਹਦੇ ਵਿੱਚ ਮੈਂ ਦੋ ਸਿਆਸਤਦਾਨਾਂ ਨੂੰ ਲੈ ਕੇ ਆਇਆ ਸੀਗਾ ਵੱਖ ਵੱਖ। ਇੱਕ ਤਾਂ BJP ਦੀ ਤਰਫੋਂ ਆਏ ਸੀਗੇ ਸਾਡੇ ਨਾਲ, ਇੱਕ ਸਾਡੇ ਨਾਲ ਇੱਕ ਅਦਾਇਰਾ ਸੀਗਾ ਯੂਨਾਈਟਿਡ ਸਿੱਖ ਮਿਸ਼ਨ, ਉਹਨਾਂ ਦੀ ਤਰਫੋਂ ਆਏ ਸੀਗੇ, ਇੱਕ ਅਮੈਰੀਕਨ ਸਿੱਖ ਕਾਉਂਸਿਲ, ਮਤਲਬ ਕਈ ਸਾਰੇ ਅਦਾਇਰੇ ਹਨ ਜੋ ਕਿ ਇਸ ਗੱਲ ਦੀ ਗੱਲ ਕਰਦੇ ਹਨ ਕਿ ਅਸੀਂ ਸਿੱਖਾਂ ਦੇ ਮਸਲਿਆਂ ਨੂੰ ਚੱਕ ਰਹੇ ਹਾਂ ਭਾਰਤ ਦੇ ਵਿੱਚ। ਅਤੇ ਤੁਹਾਨੂੰ ਯਾਦ ਹੋਏਗਾ ਕਿ ਜਦ ਮੈਂ ਉਹ ਮੁੱਦਾ ਕੀਤਾ ਸੀਗਾ ਤਾਂ ਉਸ ਮੁੱਦੇ ਦੇ ਵਿੱਚ ਮੈਂ ਦਰਸਾਇਆ ਸੀਗਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹਾਊਡੀ ਮੋਦੀ ਜਿਨ੍ਹਾਂ ਨੇ ਕੀਤਾ, ਉਸ ਤੋਂ ਬਾਅਦ ਉਹ ਯੂਨਾਈਟਿਡ ਨੇਸ਼ਨਸ ਵੀ ਗਏ, ਤਾਂ ਤੁਹਾਨੂੰ ਯਾਦ ਹੋਏਗਾ ਕਿ ਇੱਕ ਵਫਦ, ਇੱਕ ਡੈਲੀਗੇਸ਼ਨ ਉਹਨਾਂ ਨੂੰ ਮਿਲਿਆ ਸੀਗਾ ਜਿਸ ਵਿੱਚ ਮੋਦੀ ਨੇ ਇਹ ਗੱਲ ਕਹੀ ਸੀਗੀ ਔਰ ਅਸੀਂ ਵੀ ਇਸ ਗੱਲ ਨੂੰ ਸੁਣਨਾ ਚਾਹੁੰਦੇ ਸੀਗੇ ਕਿ ਮੋਦੀ ਨੇ ਕੀ ਕਿਹਾ, ਕਿ ਮੈਂ ਇੱਕ ਬਹੁਤ ਵੱਡਾ ਐਲਾਨ ਕਰਨ ਵਾਲਾ। ਤਾਂ ਐਲਾਨ ਮੈਨੂੰ ਲੱਗਦਾ ਉਹ ਤੁਹਾਡੇ ਸਾਹਮਣੇ ਆ ਗਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸੋਚ ਰਹੀ ਹੈ ਕੇਂਦਰ ਸਰਕਾਰ, ਮੋਦੀ ਸਰਕਾਰ, ਜਿਹਦੇ ਵਿੱਚ ਬੇਅੰਤ ਸਿੰਘ ਨੂੰ ਜਦ ਗੋਲੀ ਮਾਰੀ ਗਈ ਸੀ, ਰਾਜੋਆਣਾ ਸਭ ਤੋਂ ਵੱਡਾ ਨਾਂ ਜਦ ਸਾਹਮਣੇ ਆਇਆ ਸੀਗਾ, ਫਾਂਸੀ ਦੀ ਸਜ਼ਾ ਉਹਨਾਂ ਨੂੰ ਦਿੱਤੀ ਗਈ ਸੀਗੀ, ਉਹ ਉਮਰ ਕੈਦ ਦੇ ਵਿੱਚ ਤਬਦੀਲ ਕਰਨ ਦੀ ਕਵਾਇਦ ਮੋਦੀ ਸਰਕਾਰ ਵੱਲੋਂ ਰੱਖੀ ਗਈ, ਕਿਹੜਾ ਵਫਦ ਸੀਗਾ, ਉਸ ਵਫਦ ਨੂੰ ਮੈਂ ਲੈ ਕੇ ਆਵਾਂਗਾ ਇਸ ਵੀਕ, ਉਹਦੇ ਉੱਤੇ ਵੀ ਵਿਚਾਰ ਮੈਂ ਜ਼ਰੂਰ ਕਰੂੰਗਾ। ਲੇਕਿਨ ਅੱਜ ਜਿਹੜਾ ਮੈਂ ਮੁੱਦਾ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਆਇਆ ਉਹ ਮੈਂ ਜ਼ਰੂਰ ਇਸ ਮੰਚ ਦੇ ਉੱਤੇ ਰੱਖਣਾ ਚਾਹੁੰਦਾ। ਇਸ ਉੱਤੇ ਵੀ ਅਸੀਂ ਵਿਚਾਰ ਜ਼ਰੂਰ ਕਰਾਂਗੇ ਕਿ ਇਹਦੇ ਵਿੱਚ ਕੀ ਕੁਝ ਅੱਗੇ ਤਕਰਾਰ ਜਾਂ ਫਿਰ ਦਲੀਲਾਂ ਸਾਨੂੰ ਸੁਣਨ ਨੂੰ ਮਿਲ ਰਹੀਆਂ ਹਨ, ਪਰ ਅੱਜ ਜਿਹੜਾ ਮੈਂ ਮੁੱਦਾ ਇਸ ਮੰਚ ਦੇ ਉੱਤੇ ਲੈ ਕੇ ਆਇਆ ਉਹ ਹੈ ਜ਼ਿਮਣੀ ਚੋਣਾਂ ਜਿਹੜੀ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਹਨ, 4 ਵਿਧਾਨ ਸਭਾ
ਸੀਟਾਂ ਦੇ ਉੱਤੇ, ਜਿਹਦੇ ਵਿੱਚ ਮੁਕੇਰੀਆਂ, ਜਲਾਲਾਬਾਦ, ਫਗਵਾੜਾ SC ਅਤੇ ਨਾਲ ਚਾਰ ਸੀਟਾਂ ਦੇ ਉੱਤੇ ਹੋਣਗੀਆਂ। ਅਤੇ ਮੁਕੇਰੀਆ ਦੇ ਵਿੱਚ ਕੌਣ ਖੜ੍ਹਾ ਹੋ ਰਿਹਾ, ਕਿਹੜੀ ਪਾਰਟੀ ਦਾ, ਫਗਵਾੜਾ SC ਦੇ ਵਿੱਚ ਕੌਣ ਹੋ ਰਿਹਾ, ਜਲਾਲਾਬਾਦ ਦੇ ਵਿੱਚ ਕੌਣ ਹੋ ਰਿਹਾ, ਔਰ ਦਾਖਾ ਦੇ ਵਿੱਚ ਕੌਣ ਹੋ ਰਿਹਾ। ਇਹ ਚਾਰ ਸੀਟਾਂ ਹਨ, ਇਹਨਾਂ ਸੀਟਾਂ ਦੇ ਉੱਤੇ ਜ਼ਿਮਨੀ ਚੋਣਾਂ ਹੋਣਗੀਆਂ ਹਨ। ਅਤੇ ਤੁਹਾਨੂੰ ਦੱਸ ਦਈਏ ਕਿ ਇਹ ਸੀਟਾਂ ਖਾਲੀ ਹੋਈਆਂ ਹਨ, ਕਈਆਂ ਨੇ ਇਹਦੇ ਉੱਤੇ ਇਤਰਾਜ਼ ਵੀ ਜਿਤਾਇਆ ਸਿਆਸੀ ਪੰਡਤਾਂ ਨੇ ਕਿ ਇਹ ਜਿਹੜੇ ਉਮੀਦਵਾਰ ਹਨ ਇਹ ਠੀਕ ਨਹੀਂ ਹਨ, ਉਹ ਕਿਹੜੇ ਕਿਹੜੇ ਉਮੀਦਵਾਰ ਹਨ ਜਿਹੜੇ ਠੀਕ ਨਹੀਂ ਹਨ। ਕਿਉਂਕਿ ਜਲਾਲਾਬਾਦ ਸੀਟ ਦੀ ਮੈਂ ਗੱਲ ਕਰ ਲਵਾਂ ਤਾਂ ਉਹ ਖਾਲੀ ਹੋਈ ਸੀਗੀ ਕਿਉਂਕਿ ਸੁਖਬੀਰ ਬਾਦਲ ਹੁਣ MP ਬਣ ਚੁੱਕੇ ਹਨ ਫਿਰੋਜ਼ਪੁਰ ਤੋਂ, ਅਤੇ ਇਸ ਕਰਕੇ ਉਹ ਸੀਟ ਖਾਲੀ ਹੋ ਗਈ। ਇੱਕ ਸੀਟ ਦੇ ਵਿੱਚ ਜਿਵੇਂ ਦਾਖੇ ਦੀ ਗੱਲ ਕਰਾਂ ਤਾਂ ਜਿਨ੍ਹਾਂ ਨੇ ਅਗਵਾਈ ਕੀਤੀ 1984 ਦੀ, HS ਫੁਲਕਾ, ਉਹਨਾਂ ਨੇ ਰਿਜ਼ਾਈਨ ਦਿੱਤਾ ਸੀਗਾ, ਇਸ ਕਰਕੇ ਇਹ ਸੀਟ ਖਾਲੀ ਹੋਈ। ਇੱਕ ਸੀਟ ਦੇ ਉੱਤੇ ਜਿਹੜੇ MLA ਸੀਗੇ ਉਹਨਾਂ ਦਾ ਨਿਧਨ ਹੋ ਗਿਆ। ਤਾਂ ਕਈ ਸਾਰੀ ਐਨਾਲਿਸਿਸ ਤੋਂ ਬਾਅਦ ਵੱਖ ਵੱਖ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ, ਕਿਹੜਾ ਉਮੀਦਵਾਰ ਕਿੱਥੋਂ ਸਟਰੋਂਗ ਹੈ। ਦੋ ਦੇ ਉੱਤੇ BJP, ਦੋ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਭਾਈਵਾਲ ਹੈ, ਬਾਕੀ ਚਾਰਾਂ ਸੀਟਾਂ ਦੇ ਉੱਤੇ ਕਾਂਗਰਸ ਦੇ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਹ ਜ਼ਿਮਨੀ ਚੋਣਾਂ ਲੜਨ ਜਾ ਰਹੇ ਹਨ। ਕੌਣ ਜਿੱਤੇਗਾ ਇਹ ਇੱਕ ਵੱਡਾ ਸਵਾਲ ਬਣਦਾ। ਅਤੇ ਦੂਜਾ ਇਹ ਲਿਟਮਸ ਟੈਸਟ ਹੈਗਾ ਕੈਪਟਨ ਅਮਰਿੰਦਰ ਸਿੰਘ ਦਾ, ਜੋ ਉਹਨਾਂ ਨੇ ਹਜੇ ਤੱਕ 2 ਸਾਲ ਦੇ ਵਿੱਚ ਕੀਤਾ। ਕੀ ਕੈਪਟਨ ਅਮਰਿੰਦਰ ਸਿੰਘ ਵਚਨਬੰਧ ਹੋਣਗੇ? ਜੋ ਵਾਅਦੇ ਉਹਨਾਂ ਨੇ ਪੰਜਾਬ ਦੇ ਵਸਨੀਕਾਂ ਤੋਂ ਕੀਤੇ ਸੀਗੇ, ਜੋ ਵਾਅਦੇ ਤੁਹਾਡੇ ਨਾਲ ਕੀਤੇ ਸੀਗੇ, ਜੋ ਵਾਅਦੇ ਪੰਜਾਬ ਦੇ ਭਵਿੱਖ ਨੂੰ ਅੱਗੇ ਲਿਜਾਉਣ ਦੇ ਕੀਤੇ ਸੀਗੇ, ਕੀ ਕੈਪਟਨ ਅਮਰਿੰਦਰ ਸਿੰਘ ਵਚਨਬੰਧ ਹੋਣਗੇ? ਇਹ ਇੱਕ ਟੈਸਟ ਉਹਨਾਂ ਦੇ ਲਈ ਮੰਨਿਆ ਜਾ ਰਿਹਾ। ਹੁਣ ਸਭ ਤੋਂ ਵੱਡੀ ਗੱਲ ਜੇਕਰ ਮੈਂ ਕਹਾਂ ਤਾਂ ਸ਼੍ਰੋਮਣੀ ਅਕਾਲੀ ਦਲ ਕਿੱਥੇ ਸਟੈਂਡ ਕਰਦੀ ਹੈ? ਬੈਕਫੁੱਟ ਦੇ ਵਿੱਚ ਗਈ ਹੈ ਸ਼੍ਰੋਮਣੀ ਅਕਾਲੀ ਦਲ, ਸਿਆਸੀ ਪੰਡਤਾਂ ਦਾ ਇਹ ਵੀ ਮੰਨਣਾ ਹੈਗਾ। ਆਮ ਆਦਮੀ ਪਾਰਟੀ ਦੀ ਜੇਕਰ ਮੈਂ ਗੱਲ ਕਰ ਲਵਾਂ ਤਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਦਾ ਜਿਹੜਾ ਝਾੜੂ ਸੀਗਾ ਉਹ ਤੀਲਾ ਤੀਲਾ ਹੋ ਚੁੱਕਿਆ ਸੀਗਾ। ਕੀ ਭਗਵੰਤ ਮਾਨ ਉਸ ਤੀਲੇ ਤੀਲੇ ਹੋਏ ਝਾੜੂ ਨੂੰ ਜੋੜ ਸਕੇ ਹਨ? ਕਿ ਆਮ ਆਦਮੀ ਪਾਰਟੀ ਜਿਹੜੀ ਕਿ ਸੈਕਿੰਡ ਓਪੋਜੀਸ਼ਨ ਪਾਰਟੀ ਹੈਗੀ ਹੈ ਪੰਜਾਬ ਦੇ ਵਿੱਚ, ਉਹ ਸਾਹਮਣੇ ਆਈ ਹੈ ਕਿ ਉਹ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਕੁਝ ਇਤਿਹਾਸ ਬਣਾਏਗੀ, ਜਾਂ ਫਿਰ ਕਾਂਗਰਸ ਜਿਹੜੀ ਹਾਕਮ ਸਰਕਾਰ ਹੈ ਕਿ ਵਾਕਈ ਹੀ ਉਹ ਵਚਨਬੰਧ ਹੋਏਗੀ ਜਿਵੇਂ ਉਹ 77 ਯਾਨੀ ਕਿ 77 ਸੀਟਾਂ ਉਹ ਜਿੱਤ ਕੇ ਆਈ ਸੀਗੀ। ਹੁਣ ਚਾਰ ਸੀਟਾਂ ਜੇਕਰ ਮੈਂ ਘਟਾ ਲਵਾਂ ਤਾਂ ਲਗਭਗ 73 ਸੀਟਸ ਬਣਦੀਆਂ ਹਨ। ਇਹਨਾਂ 73 ਸੀਟਾਂ ਦੇ ਵਿੱਚ ਕੀ ਮੁੜ ਤੋਂ ਕਾਂਗਰਸ 77 ਸੀਟਾਂ ਲਿਜਾਉਣ ਦੇ ਵਿੱਚ ਕਾਮਯਾਬ ਹੋਏਗੀ? ਆਮ ਆਦਮੀ ਪਾਰਟੀ ਦੀ ਜਿਹੜੀ ਅਗਰ ਮੈਂ ਗੱਲ ਕਰਾਂ, ਸੈਕਿੰਡ ਓਪੋਜੀਸ਼ਨ ਪਾਰਟੀ ਹੈ, BJP ਦੀ ਮੈਂ ਜੇਕਰ ਗੱਲ ਕਰਾਂ, ਸ਼੍ਰੋਮਣੀ ਅਕਾਲੀ ਦਲ ਦੀ ਜੇਕਰ ਮੈਂ ਗੱਲ ਕਰਾਂ, ਤਾਂ ਇਹ ਇੱਕ ਜਿਹੜਾ ਸਿਆਸੀ ਭਵਿੱਖ ਹੈਗਾ ਇਹਨਾਂ ਚਾਰਾਂ ਸੀਟਾਂ ਦੇ ਉੱਤੇ ਕਿਸ ਤਰੀਕੇ ਨਾਲ ਸਾਨੂੰ ਦੱਸਦਾ ਹੈਗਾ। ਇਹਦੀ ਜੇਕਰ ਮੈਂ ਤਜਵੀਜ਼ ਦੀ ਗੱਲ ਕਰਾਂ ਤਾਂ ਜਿਹੜੇ ਉਮੀਦਵਾਰ ਹਨ ਉਹ ਕਿਹੜੀ ਤਜਵੀਜ਼ ਆਪਣੇ ਵਿਧਾਨ ਸਭਾ ਹਲਕੇ ਦੇ ਵਿੱਚ ਲੈ ਕੇ ਜਾਣਗੇ, ਲੋਕਾਂ ਦੇ ਸਾਹਮਣੇ ਕੀ ਰੱਖਣਗੇ, ਉਹਨਾਂ ਉਮੀਦਵਾਰਾਂ ਨੂੰ ਵੀ ਅੱਜ ਮੈਂ ਇਸ ਮੰਚ ਦੇ ਉੱਤੇ ਲੈ ਕੇ ਆਵਾਂਗਾ, ਸਿਆਸੀ ਪੰਡਤਾਂ ਨੂੰ ਵੀ ਮੈਂ ਇਸ ਮੰਚ ਦੇ ਉੱਤੇ ਲੈ ਕੇ ਆਵਾਂਗਾ। ਐਡੀਟੋਰੀਅਲ ਤੋਂ ਬਾਅਦ ਅਸੀਂ ਜਦ ਇਸ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਤਾਂ ਅਸੀਂ ਆਪਣੇ ਚੰਡੀਗੜ੍ਹ ਦੇ ਵਿੱਚ ਜਿਹੜਾ ਸਾਡਾ ਬਿਊਰੋ ਹੈਗਾ, ਕੀ ਕੁਝ ਸਿਆਸੀ ਮਾਹੌਲ ਇਸ ਟਾਈਮ ਪੰਜਾਬ ਦੇ ਵਿੱਚ ਬਣਿਆ ਹੋਇਆ ਇਸ ਜ਼ਿਮਨੀ ਚੋਣਾਂ ਨੂੰ ਲੈ ਕੇ, ਉਹਦੇ ਉੱਤੇ ਵੀ ਵਿਚਾਰ ਜ਼ਰੂਰ ਕਰਾਂਗੇ। ਫਿਲਹਾਲ ਮੈਂ ਇੱਕ ਬ੍ਰੇਕ ਲਈ ਇੱਥੇ ਰੁਕ ਰਿਹਾ, ਔਰ ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਕਰਾਂਗੇ ਇਸ ਜ਼ਿਮਨੀ ਚੋਣਾਂ ਦੇ ਉੱਤੇ ਤਕਰਾਰ, ਔਰ ਰੱਖਾਂਗੇ ਕਈ ਸਾਰੇ ਅਹਿਮ ਸਵਾਲ, ਕਿਉਂਕਿ ਇਹੀ ਤਾਂ ਹੈ ਅੱਜ ਦਾ ਮੁੱਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਗੱਲ ਕਰ ਰਹੇ ਸੀਗੇ ਪੰਜਾਬ ਦੇ ਵਿੱਚ ਹੋ ਰਹੀਆਂ ਜ਼ਿਮਨੀ ਚੋਣਾਂ ਬਾਰੇ, ਜਿਹੜੇ ਸਿਆਸੀ ਸਮੀਕਰਨ ਅਸੀਂ ਬਣਾ ਰਹੇ ਸੀਗੇ ਬ੍ਰੇਕ ਤੋਂ ਜਾਣ ਤੋਂ ਪਹਿਲਾਂ, ਉਹਦੇ ਉੱਤੇ ਥੋੜ੍ਹਾ ਜਿਹਾ ਚਾਨਣਾ ਪਾ ਲੈਂਦੇ ਹਾਂ ਕਿ ਸਿਆਸੀ ਸਮੀਕਰਨ ਬਣ ਰਹੇ ਹਨ, ਕਿਹੜਾ ਉਮੀਦਵਾਰ ਕਿੱਥੋਂ ਜਿੱਤ ਸਕਦਾ ਹੈ, ਔਰ ਕਿਹੜੀ ਪਾਰਟੀ ਨੇ ਕਿਹੜੇ ਉਮੀਦਵਾਰ ਨੂੰ ਮੈਦਾਨ ਦੇ ਵਿੱਚ ਉਤਾਰਿਆ, ਔਰ ਕਿਹਦਾ ਕੀ ਸਿਆਸੀ ਭਵਿੱਖ ਰਹੇਗਾ, ਇਹਦੇ ਉੱਤੇ ਥੋੜ੍ਹਾ ਜਿਹਾ ਐਨਾਲਿਸਿਸ ਕਰ ਲੈਂਦੇ ਹਾਂ। ਮੇਰੇ ਨਾਲ ਚੰਡੀਗੜ੍ਹ ਤੋਂ ਸਾਡੇ ਐਗਜ਼ੈਕਟਿਵ ਐਡੀਟਰ KP ਸਿੰਘ ਇਸ ਟਾਈਮ ਫੋਨ ਲਾਈਨ 'ਤੇ ਮੌਜੂਦ ਹਨ। KP ਜੀ, ਤੁਹਾਡਾ ਸਵਾਗਤ ਹੈ ਸਾਡੇ ਇਸ ਮੰਚ ਦੇ ਉੱਤੇ। ਸਭ ਤੋਂ ਪਹਿਲਾਂ ਮੈਂ ਤੁਹਾਡੇ ਓਪਨਿੰਗ ਕਮੈਂਟ ਜਾਣਨਾ ਚਾਹਾਂਗਾ, ਔਰ ਕੀ ਕੁਝ ਸਿਆਸੀ ਗਲਿਆਰਿਆਂ ਦੇ ਵਿੱਚ ਹਵਾ ਚੱਲ ਰਹੀ ਹੈ ਇਹਨਾਂ ਜ਼ਿਮਨੀ ਚੋਣਾਂ ਨੂੰ ਲੈ ਕੇ।
ਹਰਪ੍ਰੀਤ ਚੀਜ਼ ਤਾਂ ਬਿਲਕੁਲ ਸਾਫ਼ ਹੈਗੀ ਹੈ ਕਿ ਇਹਦੇ ਵਿੱਚ ਜਿਹੜੇ ਉਮੀਦਵਾਰ ਹੈਗੇ ਆ, ਮੈਂ ਉਹਨਾਂ ਦਾ ਭਵਿੱਖ ਸ਼ਾਇਦ ਜ਼ਿਆਦਾ ਉਹਦੇ 'ਤੇ ਮੈਂ ਨਜ਼ਰ ਨਹੀਂ ਰੱਖ ਰਿਹਾ ਕਿ ਉਮੀਦਵਾਰਾਂ ਦਾ ਭਵਿੱਖ ਕੀ ਹੋਵੇਗਾ। ਮੈਨੂੰ ਲੱਗਦਾ ਕਿ ਸਰਕਾਰ ਦਾ 2.5 ਸਾਲ ਦਾ ਜਿਹੜਾ ਕਾਰਜਕਾਲ ਹੈ ਉਹਦਾ ਇਹ ਟੈਸਟ ਹੈਗਾ, ਅਤੇ ਵਿਰੋਧੀਆਂ ਦਾ ਟੈਸਟ ਇਹ ਹੈਗਾ ਕਿ ਉਹਨਾਂ ਨੇ ਸਰਕਾਰ ਦੇ ਕੀਤੇ ਕੰਮਾਂ 'ਤੇ ਜਾਂ ਨਾ ਕੀਤੇ ਕੰਮਾਂ 'ਤੇ ਕਿੰਨਾ ਰੋਲ ਨਿਭਾਇਆ ਕਿ ਪਬਲਿਕ ਦੇ ਵਿੱਚ ਜਾ ਕੇ ਉਸ ਪਰਸੈਪਸ਼ਨ ਨੂੰ, ਉਸ ਜਿਹੜੀ ਸਰਕਾਰ ਦੀ ਰਣਨੀਤੀ ਹੈਗੀ ਆ ਉਸ ਦੇ ਵਿਰੁੱਧ ਕਿੰਨਾ ਕੰਮ ਕਰ ਸਕੀ ਹੈ। ਇਹ ਉਸ ਤਰ੍ਹਾਂ ਟੈਸਟ ਹੈਗਾ ਕਿ ਕੈਪਟਨ ਅਮਰਿੰਦਰ ਸਿੰਘ 2.5 ਸਾਲ ਦਾ ਕਾਰਜਕਾਲ, ਅਤੇ ਜਾਂ ਮੁੱਖ ਰੂਪ ਵਿੱਚ ਆਮ ਆਦਮੀ ਪਾਰਟੀ ਜਿਹਦੀ ਸਥਿਤੀ ਇਸ ਵਕਤ ਡਾਵਾਡੋਲ ਹੈ, ਅਤੇ ਸੁਖਬੀਰ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਆ, ਜਿਹੜੇ ਆਪਦੀ ਲੜਾਈ ਲੜਦੇ ਪਏ ਆ, ਅਤੇ ਉਹਨਾਂ ਦਾ ਉਹਨਾਂ ਦੀ ਇਮੇਜ ਅਤੇ ਉਹਨਾਂ ਦੀ ਪਾਰਟੀ ਜਿਹੜੀ ਤੀਜੇ ਨੰਬਰ 'ਤੇ ਆ ਗਈ ਸੀ, ਉਹ ਇਹਨਾਂ ਚੋਣਾਂ ਵਿੱਚ ਕੀ ਕਰ ਸਕਦੀ ਹੈ। ਅਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਰੋਲ ਹੈਗਾ ਉਹ 2 ਸੀਟਾਂ 'ਤੇ ਉਹ ਕਿੱਦਾਂ ਦਾ ਰਹੂਗਾ, ਅਤੇ ਹਾਲਾਂਕਿ ਇਹਨਾਂ ਦੀ ਮੀਟਿੰਗ ਹੋਣੀ ਆ ਅਕਾਲੀ ਦਲ BJP ਦੀ, ਉਸ ਮੀਟਿੰਗ ਦੇ ਵਿੱਚ ਕਿੰਨਾ ਇਕੱਠੇ ਜੁੜ ਪਾਉਂਦੇ ਆ, ਕਿਉਂਕਿ ਹਰਿਆਣਾ ਦਾ ਵੀ ਥੋੜ੍ਹਾ ਜਿਹਾ ਅਸਰ ਹੋਊਗਾ, ਕਿਉਂਕਿ ਹਰਿਆਣਾ ਵਿੱਚ ਜਿਸ ਤਰੀਕੇ ਨਾਲ ਇਹਨਾਂ 'ਚ ਦੂਰੀਆਂ ਵਧੀਆ ਹੈਗੀਆਂ ਉਸ ਦਾ ਅਸਰ ਵੀ ਦੇਖਣ ਨੂੰ ਮਿਲ ਸਕਦਾ। ਕੁੱਲ ਮਿਲਾ ਕੇ 2.5 ਸਾਲ ਦਾ ਸਰਕਾਰ ਦਾ ਕਾਰਜਕਾਲ ਦਾ ਟੈਸਟ ਹੈਗਾ, ਅਤੇ ਉਸ ਟੈਸਟ ਦੇ ਵਿੱਚ ਸਰਕਾਰ ਪਾਸ ਹੋ ਪਾਉਂਦੀ ਹੈ ਨਹੀਂ ਹੋ ਪਾਉਂਦੀ, ਕਿਉਂਕਿ ਸਰਕਾਰ ਨੂੰ ਕੋਈ MLA ਨਹੀਂ ਚਾਹੀਦੇ ਜੀ। ਸਰਕਾਰ ਕੋਲ MLA ਪਹਿਲਾਂ ਹੀ ਬਹੁਤ ਹੈ, ਅਤੇ ਉਹ MLA ਐਡਜਸਟ ਨਹੀਂ ਹੋ ਪਾ ਰਹੇ, ਸਰਕਾਰ ਲਈ ਇਹ ਦਿੱਕਤ ਵੱਡੀ ਹੈਗੀ ਹੈ। ਪਰ ਸਰਕਾਰ ਨੂੰ ਇਹ ਦੱਸਣਾ ਪਵੇਗਾ ਜਨਤਾ ਨੂੰ ਕਿ ਜੇ 2.5 ਸਾਲ 'ਚ ਉਹਨਾਂ ਨੇ ਕੰਮ ਕੀਤੇ ਹੈਗੇ ਆ, ਤਾਂ ਹੀ ਲੋਕ ਉਹਨਾਂ ਦੀ ਨੀਤੀਆਂ ਤੋਂ ਖੁਸ਼ ਹਨ ਜਾਂ ਨਹੀਂ। ਸਰਕਾਰ ਦੀਆਂ ਨੀਤੀਆਂ 'ਤੇ ਇੱਕ ਚੋਣ ਹੋ ਰਹੀ ਹੈ, ਅਤੇ ਉਸ ਦਾ ਫੈਸਲਾ ਹੋਣਾ। ਹਾਲਾਂਕਿ ਅਕਸਰ ਇਹ ਕਿਹਾ ਜਾਂਦਾ ਕਿ ਜਿੰਨੀ ਚੋਣ ਹੈ ਜਿਹੜੀ ਉਹ ਸੱਤਾ ਧਿਰ ਦੇ ਹੱਥ ਵਿੱਚ ਜਾਂਦੀ ਹੈਗੀ ਹੈ, ਪਰ ਮੈਨੂੰ ਲੱਗਦਾ ਕਿ ਇਹ ਗੱਲਾਂ ਕਹਿ ਕੇ ਸ਼ਾਇਦ ਵੋਟਰ ਦਾ ਦਿਲ ਵੀ ਅਸੀਂ ਤੋੜਦੇ ਹੈਗੇ ਹਾਂ, ਕਿ ਵੋਟਰ ਜਦੋਂ ਵੋਟ ਪਾਉਣ ਜਾਂਦਾ ਤੇ ਉਹ ਇਹ ਸੋਚ ਕੇ ਨਾ ਜਾਵੇ ਕਿ ਸੱਤਾ ਧਿਰ ਦੇ ਹੱਥ ਵਿੱਚ ਜਾਵੇਗਾ ਸਭ ਕੁਝ। ਸਰਕਾਰ ਦਾ ਟੈਸਟ ਹੈਗਾ, ਤੇ ਮੈਨੂੰ ਲੱਗਦਾ ਸ਼ਾਇਦ ਉਸਨੂੰ ਇਸ ਤਰੀਕੇ ਨਾਲ ਦੇਖਿਆ ਜਾਣਾ ਚਾਹੀਦਾ ਕਿ ਸਰਕਾਰ ਦੀਆਂ 2.5 ਸਾਲ ਦੀਆਂ ਨੀਤੀਆਂ ਹੈਗੀਆਂ, ਉਹਦੇ ਵਿੱਚ ਬੇਰੁਜ਼ਗਾਰੀ ਵੱਡਾ ਮੁੱਦਾ ਰਿਹਾ ਹੈਗਾ। ਬਿਲਕੁਲ KP ਜੀ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਸਰਕਾਰ ਦੇ ਲਈ ਇਹ ਲਿਟਮਸ ਟੈਸਟ ਹੈਗਾ, ਔਰ ਇਸ ਟੈਸਟ ਦੇ ਉੱਤੇ ਸਰਕਾਰ ਖਰੀ ਉਤਰਦੀ ਹੈ ਕਿ ਨਹੀਂ ਉਤਰਦੀ, ਇੱਕ ਵੱਡਾ ਸਵਾਲ ਬਣਿਆ ਰਹੇਗਾ। ਲੇਕਿਨ ਅਗਰ ਆਪਾਂ ਸਮੀਕਰਨ ਕਰੀਏ ਤਾਂ ਜਿੱਥੇ MC ਚੋਣਾਂ ਦੇ ਵਿੱਚ ਵੀ ਕਾਂਗਰਸ ਜਿੱਤ ਕੇ ਸਾਹਮਣੇ ਆਈ, MP ਦੀਆਂ ਹੁਣ ਇਲੈਕਸ਼ਨ ਹੋਏ, ਉੱਥੇ ਵੀ ਕਾਂਗਰਸ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਸਾਹਮਣੇ ਆਈ, ਤਾਂ ਹੁਣ ਜੇਕਰ ਮੈਂ ਜ਼ਿਮਨੀ ਚੋਣਾਂ ਦੀ ਗੱਲ ਕਰਾਂ ਤਾਂ ਇਸ ਟਾਈਮ ਕੀ ਕੁਝ ਹਵਾ ਬਣੀ ਹੋਈ ਹੈ ਪੰਜਾਬ ਦੇ ਵਿੱਚ, ਕਿਉਂਕਿ ਕਈ ਸਾਰੇ ਮੁੱਦੇ ਜਿਹੜੇ ਨੇ ਉਹ ਅਹਿਮ ਨੇ, ਔਰ ਕਿਹਨਾਂ ਮੁੱਦਿਆਂ ਦੇ ਉੱਤੇ ਜਾ ਕੇ ਜਿਹੜੇ ਪੰਜਾਬ ਦੇ ਵੋਟਰ ਹਨ ਉਹ ਵੋਟ ਕਰਨਗੇ। ਜਿਹੜੇ ਗਰਾਊਂਡ ਦੇ ਇਸ਼ੂਸ ਹੈਗੇ ਆ, ਹਰਜੀਤ ਜਿਵੇਂ ਪਹਿਲਾਂ ਜ਼ਿਕਰ ਕਰ ਰਿਹਾ ਸੀਗਾ ਕਿ ਡਰੱਗ ਉਹ ਵੱਡਾ ਇਸ਼ੂ ਹੈਗਾ, ਕਿਸਾਨੀ ਦਾ ਕਰਜ਼ਾ ਜਿਹੜਾ, ਕਿਸਾਨ ਦੀ ਖੁਦਕੁਸ਼ੀਆਂ, ਉਹ ਵੱਡਾ ਇਸ਼ੂ ਹੈਗਾ। ਪਰ ਸਭ ਤੋਂ ਵੱਡੀ ਗੱਲ ਹੈਗੀ ਕਿ ਬੇਰੁਜ਼ਗਾਰੀ ਉਹ ਲਗਾਤਾਰ ਪੂਰੇ ਮੁਲਕ ਵਿੱਚ ਵੱਧਦੀ ਪਈ ਹੈਗੀ ਹੈ, ਉਹ ਵੱਡਾ ਮੁੱਦਾ ਬਣਾਇਆ ਕਿਵੇਂ ਜਾਊਗਾ, ਇਹ ਆਪਣੇ ਆਪ ਦੇ ਸਵਾਲ ਹੈਗਾ। ਕਿਉਂਕਿ ਸ਼ਾਇਦ ਮੈਨੂੰ ਲੱਗਦਾ ਅਸੀਂ ਰਾਸ਼ਟਰਵਾਦ ਦੇ ਮੁੱਦਿਆਂ 'ਤੇ ਜ਼ਿਆਦਾ ਚਰਚਾ ਕਰਦੇ ਤੇ ਪੰਜਾਬ ਵਿੱਚ, ਹਾਲਾਂਕਿ ਇਹਨਾਂ ਜ਼ਿਆਦਾ ਇਹਨਾਂ ਮੁੱਦਿਆਂ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ ਜੀ, ਪਰ ਉਹ ਜਿਹੜੇ ਏਜੰਡੇ ਹੈ ਕਿ ਸਾਡਾ ਸਰਹੱਦ ਪਾਰ ਕਿਸ ਤਰੀਕੇ ਨਾਲ ਟ੍ਰੇਡ ਰਹੂਗਾ, ਉਸ ਦਾ ਜ਼ਿਕਰ ਵੀ ਹੋ ਰਿਹਾ ਤਾ। ਇਹ ਸਾਰੀ ਜਿਹੜੀ ਪ੍ਰੋਜੈਕਸ਼ਨ ਹੈਗੀ ਹੈ ਕਿ ਭਾਰਤ ਪਾਕਿਸਤਾਨ ਦੇ ਤਣਾਅ ਹੈਗਾ, ਉੱਥੇ ਇਹ ਗੱਲ ਕਿਤੇ ਵੀ ਨਹੀਂ ਕੀਤੀ ਜਾ ਰਹੀ ਕਿ ਪੰਜਾਬ ਨੂੰ ਕਿੰਨਾ ਨੁਕਸਾਨ ਹੋ ਰਿਹਾ ਇਸ ਤਣਾਅ ਦਾ, ਉਸ ਦਾ ਜ਼ਿਕਰ ਕਿਤੇ ਨਹੀਂ ਹੋਵੇਗਾ। ਸਾਡੀ ਇਕਾਨਮੀ ਕਿੰਨੀ ਡਾਊਨ ਹੈਗੀ ਹੈ, ਪੰਜਾਬ ਸਿਰ ਕਿੰਨਾ ਕਰਜ਼ਾ ਹੈਗਾ, ਉਸ ਦਾ ਜ਼ਿਕਰ ਨਹੀਂ ਹੋ ਰਿਹਾ ਤਾ। ਹਾਲਾਂਕਿ ਸਥਾਨਕ ਮੁੱਦਿਆਂ ਦਾ ਜ਼ਿਕਰ ਹੁੰਦਾ, ਪਰ ਸਥਾਨਕ ਮੁੱਦਿਆਂ ਵਿੱਚ ਅਸੀਂ ਇੱਥੇ ਤੱਕ ਸੀਮਤ ਕਿੰਨਾ ਰਹੀਏ ਕਿ ਗਲੀਆਂ ਨਾਲੀਆਂ ਪੱਕੀਆਂ ਹੋਣ। ਮੈਨੂੰ ਲੱਗਦਾ ਸ਼ਾਇਦ ਇਹ ਵਿਕਾਸ ਨੂੰ ਜਿਸ ਤਰੀਕੇ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਹੈ, ਉਹ ਵਿਕਾਸ ਨਹੀਂ ਹੈਗਾ। ਕਿਉਂਕਿ ਜਿਹੜੀਆਂ ਬੁਨਿਆਦੀ ਲੋੜਾਂ ਹੈਗੀਆਂ ਲੋਕਾਂ ਦੀਆਂ, ਆਮ ਜਨਤਾ ਦੀਆਂ, ਨੌਜਵਾਨਾਂ ਦੀਆਂ, ਜੇ ਉਦੋਂ ਤੱਕ ਉਹ ਪੂਰੀਆਂ ਨਹੀਂ ਹੋਣਗੀਆਂ ਤੇ ਮੈਨੂੰ ਲੱਗਦਾ ਸ਼ਾਇਦ ਚੋਣ ਪ੍ਰਚਾਰ ਹੈ ਜਿਹੜਾ, ਜਾਂ ਚੋਣ ਪ੍ਰਚਾਰ ਤੋਂ ਬਾਅਦ ਜਿਹੜੇ ਨਤੀਜੇ ਆਉਣੇ ਆ ਜਦੋਂ ਵੋਟਰ ਨੇ ਵੋਟ ਪਾਉਣੀ ਹੈ, ਉਹ ਸ਼ਾਇਦ ਇਹ ਵਿਚਿੱਤੀ ਵਿੱਚ ਰਹੂਗਾ। ਤੇ ਜਿਹੜੇ ਸਿਆਸੀ ਧਿਰਾਂ ਹੈਗੀਆਂ ਉਹ ਵੀ ਚਾਹੁੰਦੇ ਆ ਕਿ ਵੋਟਰ ਹਮੇਸ਼ਾ ਵਿਚਿੱਤੀ ਵਿੱਚ ਰਹੇ, ਉਹ ਮੁੱਦਿਆਂ ਤੇ ਕੰਸੈਸ ਨਾ ਕਰ ਸਕੇ, ਹਮੇਸ਼ਾ ਰਹਿੰਦਾ ਰਿਹਾ। ਕਿਉਂਕਿ ਜਦੋਂ ਮੁੱਦਿਆਂ ਤੇ ਧਿਆਨ ਜਾਊਗਾ ਵੋਟਰ ਦਾ, ਤਾਂ ਉਹ ਫਿਰ ਸੋਚ ਸਮਝ ਕੇ ਫੈਸਲਾ ਕਰੂਗਾ। ਤੇ ਜਿਹੜੀਆਂ ਸਿਆਸੀ ਧਿਰਾਂ ਹੁੰਦੀਆਂ ਉਹ ਚਾਹੁੰਦੀਆਂ ਨੇ ਕਿ ਵੋਟਰ ਸੋਚ ਸਮਝ ਕੇ ਫੈਸਲਾ ਕਰੇ, ਉਹ ਚਾਹੁੰਦੀਆਂ ਕਿ ਜੋ ਅਸੀਂ ਕੀਤਾ ਹੈਗਾ ਤੇ ਜੋ ਅਸੀਂ ਦਿਖਾ ਰਹੇ ਹੈਗੇ ਆ, ਕੀਤੇ ਦੇ ਦਿਖਾਵੇ ਦੇ ਵਿੱਚ ਇੰਨਾ ਕੁ ਫਰਕ ਹੋਵੇ ਕਿ ਵੋਟਰ ਨੂੰ ਸਮਝ ਨਾ ਆਵੇ ਕਿ ਵੋਟ ਅਸੀਂ ਜਿਹੜੇ ਮੁੱਦੇ ਤੇ ਪਾਉਣੀ ਹੈ, ਬਹੁਤ ਵੱਡਾ ਰਹੇਗਾ। ਜਿਹੜੇ ਗੱਲ ਤੁਸੀਂ MC ਇਲੈਕਸ਼ਨ ਤੇ MP ਇਲੈਕਸ਼ਨ ਤੇ ਕੀਤੀ ਹੈਗੀ, ਮਤਲਬ ਉਹਦੇ ਨਾਲ ਥੋੜ੍ਹਾ ਜਿਹਾ ਸਿਨੈਰੀਓ ਇਸ ਵਕਤ ਵੱਖਰਾ ਹੈਗਾ ਪੰਜਾਬ ਦਾ। ਠੀਕ ਹੈ, ਤੇ ਸਿਨੈਰੀ ਜਿਹੜਾ ਉਹ ਬਦਲ ਚੁੱਕਿਆ, ਹਵਾ ਜਿਹੜੀ ਹੈ ਉਹ ਬਦਲਦੀ ਹੋਈ ਤੁਹਾਨੂੰ ਨਜ਼ਰ ਆ ਰਹੀ ਹੈ। KP ਜੀ, ਜੇਕਰ ਮੈਂ ਹੁਣ
पर्टिकुलर सीट्स की गल करा तो सब तो पहला असी स्टार्ट करते हैं जलालाबाद तो। जलालाबाद दे विच सुखबीर बादल होर दा बहुत जोर रहा, MLA भी रहे, हुण चलो खैर MP बन गए ने, ते इत्थे कौन कौन मैदान दे विच उतरे आ और किस पार्टी दा तुहानूं लगदा कि जिहड़ा उत्थे जोर इस टाइम चल रहा है जलालाबाद दे विच? ਆਪਾਂ ਜੇ ਇਹ ਜਿਵੇਂ ਜੇ ਜ਼ੋਰ ਚੱਲ ਰਿਹਾ ਹੈਗਾ ਤੇ ਮੈਨੂੰ ਲੱਗਦਾ ਸ਼ਾਇਦ ਵੋਟਰਾਂ ਦਾ ਜਿਹੜਾ ਨਜ਼ਰੀਆ ਹੈਗਾ ਉਸ ਤੇ ਅਸੀਂ ਸੱਟ ਮਾਰਾਂਗੇ। ਮੈਨੂੰ ਲੱਗਦਾ ਜੋ ਹਰ ਕਿ ਮੈਂ ਪੱਦੇ ਜਲਾਲਾਬਾਦ ਦਾ ਜ਼ਿਕਰ ਕਰਦੇ ਜਲਾਲਾਬਾਦ ਦੇ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਖੁਦ ਹੀ ਗੱਲ ਕਹਿਣ ਵਾਰ ਵਾਰ ਕੇ ਆਉਣ ਵਾਲੀਆਂ ਚੋਣਾਂ ਮੈਂ ਲੈਣੀਆਂ ਹੈਗੀਆਂ ਤੇ ਜਦੋਂ ਉਸ ਸੀਟ ਤੇ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਿੱਤ ਰਹੇ ਹੋਣ ਤੇ ਉਸ ਤੋਂ ਬਾਅਦ MP ਚੁਣੇ ਜਾਣ ਤੇ ਇਹ ਉਹਨਾਂ ਲਈ ਵਕਾਰ ਦਾ ਸਵਾਲ ਬਣ ਜਾਂਦੀ ਹੈ ਕਿ ਉਹ ਇਸ ਸੀਟ ਨੂੰ ਕਿਵੇਂ ਅਕਾਲੀ ਦਲ ਦੇ ਕੋਲੇ ਰੱਖ ਪਾਉਂਦੇ ਜਾਂ ਨਹੀਂ ਰੱਖ ਪਾਉਂਦੇ ਗੇ। ਸੁਖਬੀਰ ਸਿੰਘ ਬਾਦਲ ਲਈ ਵਕਾਰ ਦਾ ਸਵਾਲ ਹੈਗਾ ਤੇ ਦੂਜਾ ਉੱਥੇ ਰਾਏ ਸਿੱਖ ਬਰਾਦਰੀ ਦਾ ਬਹੁਤ ਵੱਡਾ ਵੋਟ ਬੈਂਕ ਰਹਿੰਦਾ ਹੈਗਾ ਤੇ ਹਮੇਸ਼ਾ ਫੈਸਲਾ ਕੋਈ ਵੋਟ ਉਹ ਸਾਬਤ ਹੁੰਦੀ ਹੈ ਤੇ ਹੁਣ ਵੀ ਦਾ ਹੀ ਕਿੱਡੇ ਜਾ ਰਿਹਾ ਕਿ ਰਾਏ ਸਿੱਖ ਦੇ ਜ਼ਰੀਏ ਕਿਵੇਂ ਇਹ ਵੋਟਾਂ ਦਾ ਜਿਹੜਾ ਹੈਗਾ ਰਣਨੀਤੀ ਇਹਦੇ ਵਿੱਚ ਤਿਆਰ ਕੀਤੀ ਜਾਵੇ। ਉਹ ਸਾਰੀਆਂ ਧਿਰਾਂ ਲੱਗੀਆਂ ਹੈਗੀਆਂ ਪਰ ਇਹਦੇ ਵਿੱਚ ਮਤਲਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਜਿਹੜੀ ਇਮੇਜ ਹੈਗੀ ਆ ਜਾਂ ਉਹਨਾਂ ਨੂੰ ਕਿਸੇ ਕੰਮਾਂ ਦਾ ਲੇਖਾ ਜੋਖਾ ਹੈਗਾ ਉਹ ਵੀ ਵੋਟਰ ਫੈਸਲਾ ਕਰਨਗੇ। ਹਾਲਾਂਕਿ ਅਸੀਂ ਇਹ ਗੱਲ ਵੀ ਕਹਿ ਸਕਦੇ ਹਾਂ ਕਿ ਕਾਂਗਰਸ ਦੇ ਲਈ ਉੱਥੇ ਚੁਣੌਤੀ ਇਹ ਰਹਿੰਦੀ ਹੈ ਖਾਸ ਕਰਕੇ ਉਸ ਪੂਰੇ ਹਲਕੇ ਦੇ ਵਿੱਚ ਕਿ ਜਦੋਂ ਕਾਂਗਰਸ ਇਹਨਾਂ ਹਲਕਿਆਂ ਦੇ ਵਿੱਚ ਬੰਦੀ ਹੀ ਨਜ਼ਰ ਆਉਂਦੀ ਹੈ। ਜਦੋਂ ਸੁਖਬੀਰ ਸਿੰਘ ਬਾਦਲ MP ਇਲੈਕਸ਼ਨ ਦੇ ਵਿੱਚ ਇੱਥੇ ਮੈਦਾਨ ਦੇ ਸੀ, ਸ਼ੇਰ ਸਿੰਘ ਘੁਬਾਇਆ ਉਧਰੋਂ ਮੈਦਾਨ ਦੇ ਸੀਗੇ, ਉਦੋਂ ਵੀ ਇਹੀ ਰਿਹਾ ਤੇ ਸਭ ਤੋਂ ਖਾਸ ਗੱਲ ਇਹ ਕਿ ਮਾਰਜਨ ਉੱਥੇ ਬਹੁਤ ਜ਼ਿਆਦਾ ਵੱਧ ਗਿਆ ਸੀਗਾ ਤੇ ਮਾਰਜਨ ਦੀ ਵਜ੍ਹਾ ਇਹ ਵੀ ਹੈ ਕਿ ਇੱਥੇ ਅਕਾਲੀ ਦਲ ਤੋਂ ਆਇਆ ਹੋਇਆ ਕੈਂਡੀਡੇਟ ਕਾਂਗਰਸ ਦਾ ਕੈਂਡੀਡੇਟ ਸੀਗਾ ਤੇ ਦੂਜੀ ਗੱਲ ਇਹ ਹੈ ਕਿ ਕਾਂਗਰਸ ਉੱਥੇ ਖੁਦ ਬੰਦੀ ਹੋਈ ਸੀ। ਕਾਂਗਰਸ ਦੀ ਇਕਜੁੱਟਤਾ ਦਿਖਾਊਗੀ ਤੇ ਸ਼ਾਇਦ ਮੁਕਾਬਲਾ ਸਖ਼ਤ ਹੋਊਗਾ। ਜੇ ਮੁਕਾਬਲਾ ਸਖ਼ਤ ਕਰਾਉਣਾ ਹੈਗਾ ਤਾਂ ਕਾਂਗਰਸ ਨੂੰ ਵੀ ਉਸ ਤਰੀਕੇ ਨਾਲ ਲੜਾਈ ਲੜਨੀ ਪਊਗੀ। ਬਾਕੀ ਗੱਲ ਉਹ ਹੋਰ ਜਿਹੜੀਆਂ ਪਾਰਟੀਆਂ ਹੈਗੀਆਂ ਮਤਲਬ ਸ਼ਾਇਦ ਉਹ ਰੇਸ ਵਿੱਚ ਉਨੀਆਂ ਨਹੀਂ ਹੋਈਆਂ ਜਿੰਨਾ ਕਾਂਗਰਸ ਤੇ ਅਕਾਲੀ ਦਲ ਦਾ ਮੁਕਾਬਲਾ ਨਜ਼ਰ ਆ ਰਿਹਾ। ਬਿਲਕੁਲ, ਮੁਕੇਰੀਆ ਔਰ ਫਗਵਾੜਾ ਦੇ ਵਿੱਚ ਤੁਹਾਨੂੰ ਕੀ ਲੱਗਦਾ? ਇੱਥੇ ਸਭ ਤੋਂ ਵੱਡੀ ਗੱਲ ਹੈ ਕਿ ਸੋਮ ਪ੍ਰਕਾਸ਼ ਹਰਾਂ ਦਾ ਵੀ ਟੈਸਟ ਹੈਗਾ ਕਿ ਜਿਹੜੇ ਕੇਂਦਰ ਵਿੱਚ ਪਹੁੰਚ ਕੇ ਭਾਰਤੀ ਜਨਤਾ ਪਾਰਟੀ ਦਾ ਟੈਸਟ ਹੈਗਾ ਤੇ ਉਸ ਟੈਸਟ ਦੇ ਵਿੱਚ ਇਹ ਵੀ ਪਤਾ ਲੱਗ ਜੂਗਾ ਕਿ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਹੈਗੀ ਹੈ ਜਾਂ NDA ਸਰਕਾਰ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਭਾਜਪਾ ਦੇ ਵਿੱਚ ਵੱਡਾ ਰੋਲ ਹੈਗਾ ਅੱਜ ਦੇ ਮਜ਼ਬੂਤ ਕਿਸਮ ਦੀ ਸਰਕਾਰ ਬਣਾਈ ਰੱਖੀ ਹੈ ਤੇ ਕੇਂਦਰ ਦੀਆਂ ਨੀਤੀਆਂ ਤੇ BJP ਦੀਆਂ ਨੀਤੀਆਂ ਦਾ ਇਹ ਟੈਸਟ ਹੋਵੇਗਾ ਫਗਵਾੜਾ ਮੁਕੇਰੀਆਂ ਤੇ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਇਹ ਖੇਤਰ ਹੈਗਾ ਉੱਥੇ ਪਤਾ ਲੱਗ ਜਾਏ ਕਿ ਭਾਰਤੀ ਜਨਤਾ ਪਾਰਟੀ ਕਿੰਨੀ ਇਕਜੁੱਟ ਹੈ ਕਿਉਂਕਿ ਜੇ ਅਸੀਂ ਫਗਵਾੜੇ ਦਾ ਜ਼ਿਕਰ ਕਰੀਏ ਤਾਂ ਫਗਵਾੜੇ ਵਿੱਚ ਵੀ ਅਕਸਰ ਹੀ ਰਿਹਾ ਕਿ ਸਾਂਪਲਾ ਧੜਾ ਤੇ ਜਿਹੜਾ ਸੋਮ ਪ੍ਰਕਾਸ਼ ਦੇ ਧੜਾ ਹੈਗਾ ਉਹਨਾਂ ਵਿੱਚ ਵਖਰੀਵਾਂ ਰਿਹਾ ਹੈਗਾ। ਹਾਲਾਂਕਿ ਕਾਗਜ਼ ਭਰਨ ਵੇਲੇ ਇਕੱਠੇ ਨਜ਼ਰ ਆਉਂਦੇ ਆ ਹੁਣ ਤੱਕ ਜਿੱਥੇ ਵੀ ਹੈ ਕਿ ਇਸ ਤੋਂ ਪਹਿਲਾਂ ਵੀ ਇਕੱਠੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ ਪਰ ਜਿਹੜੀ ਜਿਹੜੇ ਕੈਂਡੀਡੇਟ ਹੈਗੇ ਆ BJP ਦੇ ਉਹ ਇਹ ਕੋਈ ਸੋਚਿਆ ਨਹੀਂ ਸੀ ਕਿਸੇ ਨੇ ਵੀ ਉਹਨਾਂ ਨੂੰ ਟਿਕਟ ਦਿੱਤੀ ਜਾਊਗੀ ਪਰ ਟਿਕਟ ਮਿਲੀ ਹੈ ਤੇ ਹੁਣ ਇਹ ਦੇਖਣਾ ਹੈਗਾ ਕਿ ਜਿਵੇਂ ਕਾਂਗਰਸ ਦੀ ਇਕਜੁੱਟਤਾ ਦੀ ਗੱਲ ਹੋ ਰਹੀ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਇਕਜੁੱਟ ਜ਼ਿਕਰ ਵੀ ਇੱਥੇ ਹੋਊਗਾ ਕਿ ਜੇ ਜਿੰਨੀ ਇਕਜੁੱਟਤਾ ਉਹ ਦਿਖਾਉਣਗੇ ਤੇ ਉਹਨਾਂ ਵੋਟਾਂ ਤੇ ਅਸਰ ਪੈ ਸਕਦਾ ਹੈਗਾ ਦੋਨਾਂ ਸੀਟਾਂ ਤੇ। ਜੀ 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 ਤੇ ਬਿਲਕੁਲ ਮੈਂ ਦਾਖਾ ਦੀ ਗੱਲ ਵੀ ਕਰਨਾ ਚਾਹੁੰਦਾ ਤੇ ਉਹਦੇ ਉੱਤੇ ਵਿਚਾਰ ਵੀ ਅਸੀਂ ਜ਼ਰੂਰ ਕਰਾਂਗੇ। ਦਾਖਾ ਦੇ ਜਿਹੜੇ ਉਮੀਦਵਾਰ ਹਨ ਕੈਪਟਨ ਸੰਦੀਪ ਸਿੰਘ ਸੰਧੂ ਉਹ ਵੀ ਸਾਡੇ ਨਾਲ ਬਕਾਇਦਾ ਤੌਰ ਦੇ ਉੱਤੇ ਅੱਜ ਜੁੜਨਗੇ। ਕਿਹੜੇ ਕਿਹੜੇ ਮੁੱਦੇ ਦੇ ਉੱਤੇ ਲੋਕ ਉੱਥੇ ਵੋਟ ਪਾਉਣ ਜਾਣਗੇ ਔਰ ਕਿਉਂਕਿ ਜਿਵੇਂ KP ਤੁਸੀਂ ਦੱਸ ਰਹੇ ਸੀਗੇ ਕਿ ਕੈਪਟਨ ਸੰਦੀਪ ਸਿੰਘ ਸੰਧੂ ਹੋਰਾਂ ਦਾ ਰਾਬਤਾ ਬਿਲਕੁਲ ਸਿੱਧਾ ਡਾਇਰੈਕਟ ਹੈਗਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਔਰ ਜ਼ਿਮਨੀ ਚੋਣਾਂ ਦੇ ਵਿੱਚ ਉਹ ਕਈ ਵਾਰ ਕਾਂਗਰਸ ਦੇ ਲਈ ਜਾ ਕੇ ਪੋਲੀਟੀਕਲ ਐਨਾਲਿਸਿਸ ਕਰ ਚੁੱਕੇ ਹਨ ਔਰ ਕੈਪਟਨ ਅਮਰਿੰਦਰ ਸਿੰਘ ਨੂੰ ਡਾਇਰੈਕਟ ਰਿਪੋਰਟ ਕਰਦੇ ਹਨ। ਸੋ ਆਈ ਥਿੰਕ ਉਹ ਸਾਨੂੰ ਜ਼ਿਆਦਾ ਦੱਸ ਪਾਉਣਗੇ ਕਿਹੜੇ ਮੁੱਦਿਆਂ ਦੇ ਉੱਤੇ ਉਹ ਵੀ ਮੈਦਾਨ ਦੇ ਵਿੱਚ ਉਤਰੇ ਹਨ। ਥੈਂਕ ਯੂ ਸੋ ਮੱਚ KP ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਔਰ ਇਹਨਾਂ ਜ਼ਿਮਨੀ ਚੋਣਾਂ ਦੇ ਉੱਤੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਥੈਂਕ ਯੂ ਸੋ ਮੱਚ। ਸੋ ਇਹ ਸੀਗੇ ਸਾਡੇ ਨਾਲ KP ਸਿੰਘ, ਐਗਜ਼ੀਕਿਊਟਿਵ ਐਡੀਟਰ ਫਰੋਮ ਚੰਡੀਗੜ੍ਹ, ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ, ਪ੍ਰਤੀਕਰਮ ਦਿੱਤੇ ਅਤੇ ਇੱਕ ਸਮੀਕਰਨ ਜਿਹੜਾ ਅਸੀਂ ਜ਼ਿਮਨੀ ਚੋਣਾਂ ਦੇ ਉੱਤੇ ਬਣਾਇਆ ਇਸ ਦੇ ਉੱਤੇ ਵੀ ਅਸੀਂ ਵਿਚਾਰ ਜ਼ਰੂਰ ਕਰਾਂਗੇ। ਬ੍ਰੇਕ ਤੋਂ ਬਾਅਦ ਮੈਂ ਲੈ ਕੇ ਆ ਰਿਹਾ ਜੀ ਦਾਖਾ ਦੇ ਜਿਹੜੇ ਕਾਂਗਰਸ ਦੇ ਉਮੀਦਵਾਰ ਹਨ ਕੈਪਟਨ ਸੰਦੀਪ ਸਿੰਘ ਸੰਧੂ। ਦਾਖਾ ਸੀਟ ਜਿਹੜੀ ਹੈ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦੇਵਾਂ, NRI ਭਰਾਵਾਂ ਦਾ ਬਹੁਤ ਪ੍ਰਭਾਵ ਪੈਂਦਾ ਇਸ ਸੀਟ ਦੇ ਉੱਤੇ ਔਰ HS ਫੁਲਕਾ ਜੋ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਵੀ ਸਨ, ਜਿਨ੍ਹਾਂ ਨੇ ਅਗਵਾਈ ਵੀ ਕੀਤੀ ਸੀਗੀ ਔਰ ਸੁਪਰੀਮ ਕੋਰਟ ਦੇ ਲਾਇਰ ਵੀ ਹਨ, ਇਹਨਾਂ ਨੇ ਅਸਤੀਫਾ ਦਿੱਤਾ ਸੀਗਾ। ਉਹਨਾਂ ਦਾ ਅਸਤੀਫਾ ਜਿਹੜਾ ਉਹ
ਮਨਜ਼ੂਰ ਕਰ ਲਿਆ ਗਿਆ ਸੀਗਾ ਸਪੀਕਰ ਵੱਲੋਂ, ਅਤੇ ਹੁਣ ਇਹ ਸੀਟ ਖਾਲੀ ਹੋਈ ਸੀਗੀ, ਲੇਕਿਨ ਇਸ ਸੀਟ ਦੇ ਉੱਤੇ ਹੁਣ ਕਿਹਦਾ ਪ੍ਰਭਾਵ ਹੋਏਗਾ, ਕਿਉਂਕਿ ਆਮ ਆਦਮੀ ਪਾਰਟੀ ਦਾ ਪ੍ਰਭਾਵ HS ਫੁਲਕਾ ਦੇ ਕਾਰਨ ਸੀਗਾ, ਲੇਕਿਨ ਜਿਹੜੇ ਉਮੀਦਵਾਰ ਇਸ ਟਾਈਮ ਮੈਦਾਨ ਦੇ ਵਿੱਚ ਉਤਾਰੇ ਗਏ ਹਨ, ਕੀ ਉਹਨਾਂ ਦਾ ਪ੍ਰਭਾਵ ਰਹੇਗਾ, ਕੀ ਉਹ ਅਰਵਿੰਦ ਕੇਜਰੀਵਾਲ ਲਈ ਵਚਨਬੱਧ ਹੋਣਗੇ, ਕੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਲੋਕਾਂ ਲਈ ਵਚਨਬੱਧ ਹੋਣਗੇ, ਇੱਕ ਵੱਡਾ ਸਵਾਲ ਬਣਦਾ। ਇਹਨਾਂ ਸਵਾਲਾਂ ਦੇ ਉੱਤੇ ਲਵਾਂਗੇ ਜਵਾਬ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ ਸਾਡੇ ਸਾਰੇ ਦਰਸ਼ਕਾਂ ਦਾ, ਅਤੇ ਮੈਂ ਗੱਲ ਕਰ ਰਿਹਾ ਸੀਗਾ ਬ੍ਰੇਕ ਤੋਂ ਜਾਣ ਤੋਂ ਪਹਿਲਾਂ, ਦਾਖਾ ਸੀਟ ਜਿਹੜੀ ਹੈਗੀ ਹੈ, ਇਸ ਸੀਟ ਦੇ ਉੱਤੇ NRI ਪ੍ਰਭਾਵ ਬਹੁਤ ਜ਼ਿਆਦਾ ਪੈਂਦਾ, ਔਰ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਕਿ HS ਫੁਲਕਾ ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀਗੇ ਔਰ ਜਿੱਤ ਕੇ ਸਾਹਮਣੇ ਆਏ ਸੀਗੇ, ਹਾਲ ਫਿਲਹਾਲ ਦੇ ਵਿੱਚ ਉਹਨਾਂ ਨੇ ਰੈਜ਼ਿਗਨੇਸ਼ਨ ਦਿੱਤਾ, ਇਸ ਕਰਕੇ ਸੀਟ ਜਿਹੜੀ ਆ ਉਹ ਖਾਲੀ ਹੋਈ, ਔਰ ਉਸ ਤੋਂ ਬਾਅਦ ਹੁਣ ਕਾਂਗਰਸ ਅਤੇ ਨਾਲ ਆਮ ਆਦਮੀ ਪਾਰਟੀ ਅਤੇ ਤਮਾਮ ਜਿਹੜੇ ਵਿਰੋਧੀ ਪਾਰਟੀਆਂ ਹਨ ਉਹ ਹੱਥ ਅਜ਼ਮਾਉਣਗੀਆਂ, ਲੇਕਿਨ ਕਾਂਗਰਸ ਦੀ ਜੇਕਰ ਮੈਂ ਗੱਲ ਕਰ ਲਵਾਂ ਤਾਂ ਉਹਨਾਂ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਮੈਦਾਨ ਦੇ ਵਿੱਚ ਉਤਰੇ ਹਨ, ਕਾਂਗਰਸ ਪਾਰਟੀ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਇਹ ਜੁੜੇ ਹੋਏ ਸੀਗੇ, ਇੱਕ ਵਰਕਰ ਤੋਂ ਇਹਨਾਂ ਦੀ ਸ਼ੁਰੂਆਤ ਹੋਈ ਸੀਗੀ, ਔਰ ਸ਼ੁਰੂਆਤ ਹੁੰਦੇ ਹੁੰਦੇ ਪੋਲੀਟੀਕਲ ਅਗਰ ਮੈਂ ਐਨਾਲਿਸਿਸ ਦੀ ਗੱਲ ਕਰਾਂ, ਇਹਨਾਂ ਨੂੰ ਮਾਹਿਰ ਹਾਸਿਲ ਹੈਗੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਬਿਲਕੁਲ ਨਾਲ ਕੰਮ ਕਰਕੇ, ਕਈ ਸਾਰਾ ਇਹਨਾਂ ਨੇ ਐਕਸਪੀਰੀਅੰਸ ਗੇਨ ਕੀਤਾ, ਔਰ ਪੰਜਾਬ ਦੇ ਵਿੱਚ ਜਿੱਥੇ ਵੀ ਜ਼ਿਮਨੀ ਚੋਣਾਂ ਹੋਈਆਂ ਉਹਦੀ ਐਨਾਲਿਸਿਸ ਕੈਪਟਨ ਸੰਧੂ ਹੋਰਾਂ ਤੋਂ ਹੀ ਕੀਤੀ ਜਾਂਦੀ ਸੀਗੀ, ਉਹਨਾਂ ਤੋਂ ਹੀ ਸਪਸ਼ਟੀਕਰਨ ਮੰਗਿਆ ਜਾਂਦਾ ਸੀਗਾ, ਲੇਕਿਨ ਅੱਜ ਉਹਨਾਂ ਨੂੰ ਮੌਕਾ ਮਿਲਿਆ ਦਾਖਾ ਦੀ ਇਸ ਸੀਟ ਨੂੰ ਸਾਂਭਣ ਦਾ, ਕਿਹੜੇ ਕਿਹੜੇ ਮੁੱਦੇ ਉਹ ਮੈਦਾਨ ਦੇ ਵਿੱਚ ਲੈ ਕੇ ਜਾਣਗੇ ਔਰ ਲੋਕ ਇਹਨਾਂ ਨੂੰ ਕਿਉਂ ਵੋਟ ਦੇਣਗੇ, ਇਹ ਖੁਦ ਜਾਣ ਲੈਂਦੇ ਹਾਂ ਇਹਨਾਂ ਦੇ ਜ਼ੁਬਾਨੀ। ਮੈਂ ਮੰਚ ਦੇ ਉੱਤੇ ਸਵਾਗਤ ਕਰਦਾ ਕੈਪਟਨ ਸੰਦੀਪ ਸਿੰਘ ਸੰਧੂ ਹੋਰਾਂ ਦਾ, ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਕੈਪਟਨ ਸਾਹਿਬ। ਸਤਿ ਸ਼੍ਰੀ ਅਕਾਲ ਵੀਰੇ ਜੀ, ਤੁਹਾਡੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਮੈਨੂੰ ਇਹ ਮੌਕਾ ਦਿੱਤਾ ਹੈਗਾ NRI ਭਰਾਵਾਂ ਨਾਲ ਰੂਬਰੂ ਹੋਣ ਦਾ, ਔਰ ਤੁਹਾਡੇ ਜੇ ਚੈਨਲ ਰਾਹੀਂ ਮੈਂ ਜਿਹੜੇ ਸਰੋਤੇ ਤੁਹਾਡੇ ਚੈਨਲ ਨੂੰ ਸੁਣਦੇ ਆ, ਤੁਹਾਡੀਆਂ ਗੱਲਾਂ ਬਾਤਾਂ ਨੂੰ ਸੁਣਦੇ ਆ, ਉਹਨਾਂ ਨੂੰ ਮੈਂ ਤੁਹਾਡੇ ਰਾਹੀਂ ਆਪਦੇ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਜੀ। ਜੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਪਹਿਲਾ ਸਵਾਲ ਮੇਰਾ ਇਹੀ ਰਹੂਗਾ ਕਿ ਕਿਹੜੇ ਮੁੱਦਿਆਂ ਦੇ ਉੱਤੇ ਤੁਸੀਂ ਆਪਣਾ ਜਿਹੜਾ ਸਿਆਸੀ ਭਵਿੱਖ ਵੇਖ ਰਹੇ ਹੋ ਇਸ ਸੀਟ ਦੇ ਉੱਤੇ, ਕਿਉਂਕਿ 2 ਸਾਲ ਤੁਸੀਂ ਅੱਗੇ ਸਰਵ ਕਰਨਾ ਹੈ, ਕਿਹੜੇ ਮੁੱਦੇ ਲੈ ਕੇ ਜਾਓਗੇ? ਸਭ ਇਸ ਤਰ੍ਹਾਂ ਹੈਗਾ ਕਿ ਦਾਖੇ ਦੇ ਲੋਕਾਂ ਨੇ, ਦਾਖੇ ਦੇ ਵਾਸੀਆਂ ਨੇ ਜਦੋਂ 2017 ਦੇ ਵਿੱਚ ਇਲੈਕਸ਼ਨ ਆਈ ਤਾਂ ਉਹਨਾਂ ਨੇ ਜਦੋਂ ਵੋਟਾਂ ਪਾਈਆਂ, ਉਹਨਾਂ ਦੀ ਵੋਟਾਂ ਜਾਂ ਉਹਨਾਂ ਦੇ ਸੋਚ, ਉਹਨਾਂ ਦਾ ਜਿਹੜਾ ਇਲੈਕਸ਼ਨ ਦੇ ਵਿੱਚ ਆਪਣਾ ਹੁੰਦਾ, ਉਹ ਉਹਨਾਂ ਦੇ ਮਨ ਦੇ ਵਿੱਚ ਇਹੀ ਸੀ ਕਿ ਦਾਖੇ ਦਾ ਵਿਕਾਸ ਹੋਵੇ। ਦਾਖੇ ਦੇ ਵਿਕਾਸ ਨੂੰ ਲੈ ਕੇ ਜਦੋਂ ਆਮ ਆਦਮੀ ਪਾਰਟੀ ਨੇ ਬੜੇ ਸੀਨੀਅਰ ਲੋਇਰ ਹੈਗੇ ਆ ਸਰਦਾਰ HS ਫੁਲਕਾ, ਉਹਨਾਂ ਨੂੰ ਪੇਸ਼ ਕੀਤਾ ਐਜ਼ ਅ ਉਮੀਦਵਾਰ, ਤਾਂ ਦਾਖੇ ਦੇ ਲੋਕਾਂ ਨੂੰ ਇਹ ਲੱਗਿਆ ਕਿ ਜੇ ਅਸੀਂ ਇਹਨਾਂ ਨੂੰ ਆਪਦਾ ਨੁਮਾਇੰਦਾ ਚੁਣਦੇ ਹਾਂ ਤਾਂ ਸਾਡਾ ਜਿਹੜਾ ਦਾਖਾ ਹੈਗਾ ਉਹ ਵਿਕਾਸ ਵਾਲੇ ਪਾਸੇ ਤੇਜ਼ ਲੀਹਾਂ ਤੇ ਚੜੇਗਾ। ਇਸੇ ਕਰਕੇ ਇਹਨਾਂ ਨੇ ਬੜੀਆਂ ਵੋਟਾਂ ਪਾਈਆਂ, ਬੜੀ ਇੱਜ਼ਤ ਮਾਨ ਬਖਸ਼ਿਆ, ਔਰ ਉਹਨਾਂ ਨੂੰ ਇੱਥੋਂ ਜੇਤੂ ਦੇ ਕਰਾਰ ਮਤਲਬ ਉਹ ਹੋਏ। NRI ਦਾ ਬੜਾ ਵੱਡਾ ਯੋਗਦਾਨ ਰਿਹਾ, ਯੂਥ ਦਾ ਬੜਾ ਵੱਡਾ ਯੋਗਦਾਨ ਰਿਹਾ, ਸਾਰਿਆਂ ਦਾ ਬੜਾ ਵੱਡਾ, ਜਿਹੜੇ ਦਾਖੇ ਦੇ ਵੋਟਰ ਹੈਗੇ ਆ ਸਭ ਨੇ ਆਪਦੇ ਵੱਲੋਂ ਕੋਈ ਕਮੀ ਨਹੀਂ ਛੱਡੀ। ਮੈਂ ਜਦੋਂ ਇਹ ਜਿੰਨੀ ਚੋਣ ਆਈ ਹੈਗੀ ਹੈ, ਮੇਰਾ ਮੈਂ ਪਿਛਲੇ 12-13 ਸਾਲਾਂ ਤੋਂ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਜੁੜਿਆ ਹੋਇਆ ਜੀ, ਬਤੌਰ ਤੁਸੀਂ ਮੇਰੀ ਬਹੁਤ ਮਿਹਰਬਾਨੀ, ਤੁਸੀਂ ਮੈਨੂੰ ਸਹੀ ਤਰੀਕੇ ਨਾਲ ਆਪਦਾ ਜਿਹੜਾ ਮੇਰਾ ਜਿਹੜਾ ਹੈਗਾ ਇੰਟਰੋਡਕਸ਼ਨ ਪੇਸ਼ ਕੀਤੀ ਹੈਗੀ। ਜਦੋਂ ਇਸ ਵਾਰ ਉਹਨਾਂ ਵੱਲੋਂ ਹੁਕਮ ਹੋਇਆ ਕਿ ਤੂੰ ਦਾਖੇ ਜਾ ਕੇ ਚੋਣ ਲੜਨੀ ਹੈ, ਤੇ ਉਹ ਹੁਕਮ ਮੈਂ ਸਵੀਕਾਰ ਕੀਤਾ ਜੀ। ਹੁਣ ਜੇ ਮੈਂ ਇਹ ਹੁਕਮ ਮੈਨੂੰ ਲੱਗਿਆ, ਮੈਨੂੰ ਜੋ ਵੀ ਜਦੋਂ ਹੁਕਮ ਲੱਗਿਆ ਜੀ, ਮੈਂ ਕਿਤੇ ਉਸ ਤੋਂ ਪਿੱਛੇ ਨਹੀਂ ਹਟਿਆ ਜੀ। ਜੇ ਮੈਨੂੰ ਕਿਤੇ ਰੈਲੀ ਕਰਨ ਦਾ ਹੁਕਮ ਦਿੱਤਾ ਤਾਂ ਮੈਂ 10 ਦਿਨ ਜਾ ਕੇ ਰੈਲੀ ਕਰਾਉਣ ਤੇ ਬੈਠ ਗਿਆ, ਤੇ ਅੱਜ ਜੇ ਮੈਨੂੰ ਦਾਖੇ ਲਈ ਹੁਕਮ ਹੋਇਆ ਕਿ ਤੂੰ ਦਾਖੇ ਤੋਂ ਚੋਣ ਲੜਨੀ ਹੈ, ਫਿਰ ਮੈਨੂੰ ਇਹ ਵੀ ਡਿਊਟੀ ਉਸੇ ਤਰੀਕੇ ਨਾਲ ਨਿਭਾਉਣੀ ਪੈਣੀ ਹੈ ਜਿਸ ਤਰੀਕੇ ਨਾਲ ਮੈਂ ਬਾਕੀ 11 ਸਾਲ ਬਾਕੀ ਡਿਊਟੀਆਂ ਨਿਭਾਈਆਂ, ਯਾਨੀ ਕਿ ਦਾਖੇ ਵਿੱਚ ਰਹਿ ਕੇ ਦਾਖੇ ਦੇ ਲੋਕਾਂ ਦੀ ਸੇਵਾ ਕਰਨੀ ਹੈ। ਔਰ ਮੇਰਾ ਮਕਸਦ ਮੁੱਦਾ ਸਿਰਫ ਇੱਕ ਹੀ ਹੈ ਸਾਹਿਬ, ਕਿ ਜਿਹੜੇ 2.5 ਸਾਲ ਰਹਿ ਗਏ ਹੈ ਉਸ ਦੇ ਵਿੱਚ ਦਾਖੇ ਦੇ ਵਿੱਚ ਜਿਹੜਾ ਵਿਕਾਸ ਨਹੀਂ ਹੋਇਆ ਜਾਂ ਜੋ ਵਿਕਾਸ ਦੀ ਲੋੜ ਹੈ ਉਹ ਟਾਈਮ ਬਾਉਂਡ ਤਰੀਕੇ ਨਾਲ ਇੱਕ ਇੱਕ ਜਿਹਨੂੰ ਕਹਿ ਲਓ
ਰਿਜ਼ਲਟ ਓਰੀਐਂਟਡ ਤਰੀਕੇ ਨਾਲ ਕੰਮ ਖਤਮ ਕਰਨਾ ਹੈ। ਸੋ ਕੈਪਟਨ ਸੰਧੂ, ਵਾਟ ਯੂ ਥਿੰਕ, ਵਾਟ ਆਰ ਦੀ 5 ਇੰਪੋਰਟੈਂਟ ਇਸ਼ੂਜ਼ ਆਫ ਦਾਖਾ? देयर आर मेनी इश्यूज सर, अनफॉर्चुनेटली वी ऑल आर काइंड ऑफ यू नो स्विंगिंग बिटवीन द स्टेडियम्स एंड द स्ट्रीट लाइट्स। सो लेट मी स्टार्ट विद वेरी वेरी बेसिक थिंग्स व्हिच आर रिक्वायर्ड फॉर दाखा। व्हाई दाखा व्हिच हैज गॉट 185,000 वोटर्स, राइट? व्हाई दाखा व्हिच हैज अ लेंथ ऑफ 72 किलोमीटर एज अ कंस्टिट्यूएंसी डज नॉट हैव अ बस स्टैंड? इट इज राइट ऑन वन ऑफ द बिजिएस्ट रोड्स वी हैव, व्हिच नो व्हिच कनेक्ट्स the northern side of Malwa to the southern side of Malwa. Ji. We don't even have a bus stand. We don't even have a civil hospital. We don't even have a fire brigade station. I mean, God forbid, jadon kanaka hundiyan ji, hamesha garmiyan de vich aagaan lagdiyan, jehdi fire brigade ne Ludhiane aunna hai saab, oh kadon pahunchugi? Oh ta Ludhiane de rash hi reh jugi ji. Pher bade itihasik pind hai ji, Saraba pind hega, Nirmal ji Sekho Isewal to jehde sade ਪੀਵੀਸੀ ਹੋਏ ਆ ਉਹਨਾਂ ਦਾ ਪਿੰਡ ਹੈਗਾ, ਹੋਰ ਬੜੇ ਇਤਿਹਾਸਿਕ ਪਿੰਡ ਹੈ। ਵਾਟ ਵੀ ਨੀਡ ਟੂ ਲੁੱਕ ਐਟ ਦੋਜ਼ ਵਿਲੇਜਸ, ਵੀ ਨੀਡ ਟੂ ਬ੍ਰਿੰਗ ਦੈਮ ਔਨ ਇੰਟਰਨੈਸ਼ਨਲ ਮੈਪ। ਫਿਰ ਬੇਸਿਕ ਜੀ ਦੇਖੋ, ਹਰਕਿਰਤ ਜੀ, ਲਾਈਕ ਇਟ ਔਰ ਨੋਟ, ਆਈ ਮਸਟ, ਜਿਹੜਾ ਚਿੱਟਾ ਹੈਗਾ, ਜਿਹੜਾ ਚਿੱਟਾ ਯੂ ਨੋ ਜਿਹਨੇ ਪੰਜਾਬ ਨੂੰ ਖੋਖਲਾ ਕਰਤਾ, ਇਟ ਇਜ਼ ਲਾਈਕ ਅ ਵਾਈਟ ਆਈ ਵੁੱਡ ਸੇ ਟੈਰੋਰਿਜ਼ਮ। We have to work on it. It's not over yet. We have just begun. That's what I see. Or it has to become a people's movement. If we want to eradicate this, it's still there. Bahut log kehnde ji saab tode CM saab ne sohna chakkiyan si te chitta ta utthe khada saab. Main unna lokan nu ehi dassna chahunda, yes, he swore by Gutka saab, yes, he swore that he would break the bone of people and of people who are involved in this nefarious activities. Ji. But the matter of fact is ki jadon tusi sarkar take over kita, ji, you realize ki ta inna phail chukya hai sahab, aur ke koi banda sau khanda sahab, oh oda sachai da prateek hai, oh di koshish dasdi hai ki ohde mann de vich ki vichar ne. Aapan sau khate kal nu ladai te jaandi hai, aur ladai de vich jis tarike na aapan nu ਫਤਿਹ ਹਾਸਲ ਕਰਨੀ ਚਾਹੀਦੀ ਸੀ, ਉਹ ਨਹੀਂ ਹੁੰਦੀ। ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਵੀ ਮੇਰੀ ਕੋਈ ਜਿਹੜੀ ਮੈਂ ਸੌ ਖਾ ਕੇ ਘਰੋਂ ਚੱਲਿਆ ਸੀ ਉਹਦੇ ਵਿੱਚ ਕਮੀ। ਐਜ਼ ਆਈ ਸੈਡ, ਮੈਂ ਹੁਣ ਪਿਛਲੇ 10-11 ਦਿਨ ਦਾ ਇੱਥੇ ਆ ਜੀ, ਮੈਨੂੰ ਪਰਿਵਾਰਾਂ ਦੇ ਫਾਦਰ, ਕਈ ਮਾਵਾਂ ਮਿਲਦੀਆਂ। ਕੱਲ ਮੈਂ ਸਾਰੀਆਂ ਲੇਡੀਜ਼ ਸਾਹਿਬਾਨਾਂ ਨਾਲ, ਜਿਹੜੀਆਂ ਸਾਡੀਆਂ ਪੰਚ ਤੇ ਸਰਪੰਚ ਚੁਣੀਆਂ ਗਈਆਂ, ਜਿਹਦੇ ਕਿ ਕਿਤੇ ਸਾਡੀਆਂ ਅੱਗੇ ਨਹੀਂ ਆਉਂਦੀਆਂ, ਬਿਕੋਜ਼ ਸਰਪੰਚ ਤਾਂ ਬਣਾ ਲੈਂਦੀ ਹੈ ਪਰ ਸਾਰਾ ਕੁਛ ਕੰਮ ਘਰ ਵਾਲੀ ਕਰਦੇ ਆ। ਮੈਂ ਉਹਨਾਂ ਨਾਲ ਸਿੱਧਾ ਰੂਬਰੂ ਹੋਇਆ, ਮੈਂ ਸਾਰਿਆਂ ਨੂੰ ਆਖਿਆ, ਮੈਂ ਕਿਹਾ ਮਾਵਾਂ ਪੁੱਤਾਂ ਨੂੰ ਸਭ ਤੋਂ ਪਹਿਲਾਂ ਉਹਨਾਂ ਦੀਆਂ ਕਮੀਆਂ ਲੁਕਾਉਂਦੀਆਂ, ਯੂ ਮਸਟ ਨਾਓ ਮੇਰੇ ਨਾਲ ਰਲ ਕੇ ਜੇ ਆਈ ਅੰਡਰਸਟੈਂਡ ਮੌਕਾ ਦੇ ਜੀ 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 ਕੈਪਟਨ ਸੰਧੂ, ਆਈ ਅੰਡਰਸਟੈਂਡ ਕਿ ਤੁਸੀਂ ਕੀ ਅਪੀਲ ਕਰ ਰਹੇ ਹੋ ਲੋਕਾਂ ਦੇ ਵਿੱਚ ਜਾ ਕੇ। ਲੇਕਿਨ ਮੈਂ ਅਗਰ ਅਮਨਦੀਪ ਸਿੰਘ ਮਾਹੀ ਹੋਰਾਂ ਦੀ ਗੱਲ ਕਰਾਂ, ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ, ਇਫ ਆਈ ਕੰਪੇਅਰ ਯੂ ਵਿਦ ਹਿਮ, ਸੋ ਵਟ ਇਜ਼ ਯੋਰ ਯੂ ਐਸ ਪੀ? ਮੇਰਾ ਯੂ ਐਸ ਪੀ ਸਭ ਤੋਂ ਜ਼ਿਆਦਾ ਇਹ ਹੈ ਕਿ ਅੱਜ ਸਰਕਾਰ ਜਿਹੜੀ ਹੈਗੀ ਹੈ ਪਾਵਰ 'ਚ ਹੈ ਜੀ, ਕੈਪਟਨ ਸੀਐਮ ਸਾਹਿਬ ਮੁੱਖ ਮੰਤਰੀ ਹੈ ਜੀ, ਮੈਂ ਉਹਨਾਂ ਦੇ 11 ਸਾਲ ਉਹਨਾਂ ਦੇ ਨਾਲ ਜੁੜਿਆ ਰਿਹਾ ਜੀ। ਸੀਐਮ ਸਾਹਿਬ ਜਦੋਂ ਮੇਰੇ ਨਾਮਕਰਨ ਪੱਤਰ ਭਰਾਉਣ ਆਏ ਸੀ, ਉਹਨਾਂ ਨੇ ਕਿਹਾ ਜੀ ਦਾਖਾ ਮੇਰੀ ਕੰਸਟੀਚੁਐਂਸੀ ਹੈ। ਸੋ ਵਾਟ ਆਈ ਸੀ ਇਜ਼ ਕਿ ਇਫ ਯੂ ਹੈਵ, ਜਿਹੜਾ ਕੁਛ ਅਸੀਂ ਡੀਲੇ ਹੋਇਆ, ਜੇ ਅਸੀਂ ਵਿੱਚ ਕੋਈ ਕਮੀ ਰਹੀ ਹੈ ਵਿਕਾਸ ਦੇ ਵਿੱਚ, ਲੈਟਸ ਗਿਵ ਦੋਸ ਟੂ ਐਂਡ ਹਾਫ। ਅੱਛਾ, ਮੈਂ ਤੇ ਕਿਹੋ ਜਿਹਾ ਇਨਸਾਨ ਹੈ ਜੀ, ਜੇ ਮੈਨੂੰ ਦਾਖੇ ਦੇ ਲੋਕ ਚੂਜ਼ ਕਰਨਗੇ ਕਿ ਉਹਨਾਂ ਦੀ ਮੈਂ ਪ੍ਰਤੀਨਿਧਤਾ ਕਰਾਂ, ਤਾਂ ਮੇਰੇ ਕੋਲ ਤਾਂ ਸਮਾਂ ਹੀ ਸਾਹਿਬ ਸਿਰਫ 2.5 ਸਾਲ ਦਾ ਹੈ। ਜੇ ਮੈਂ ਨਹੀਂ ਪਰਫਾਰਮ ਕਰੂੰਗਾ 2.5 ਸਾਲਾਂ 'ਚ ਮੈਨੂੰ ਢਾ ਲੈਣਗੇ ਜੀ, ਲਾਈਕ ਅਦਰ ਪੀਪਲ, ਜਿਹਨਾਂ ਨੂੰ ਕਿਸੇ ਨੂੰ 5 ਸਾਲ ਦਾ ਮਿਲਿਆ, ਕਿਸੇ ਨੂੰ 10 ਸਾਲ ਦਾ ਮਿਲਿਆ, ਜਿਹਨਾਂ ਨੇ ਕਿਸੇ ਨੇ ਬੇਸਿਕ ਐਮਿਨਿਟੀਜ਼ ਵੱਲ ਧਿਆਨ ਨਹੀਂ ਕੀਤਾ। ਮੈਂ ਤਾਂ ਮੁੱਦਾ ਹੀ, ਮੈਂ ਤਾਂ ਸਿਰਫ 2 ਸਾਲ ਦਾ ਹੀ ਟਾਈਮ ਮੰਗ ਰਿਹਾ ਜੀ ਸੇਵਾ ਕਰਨ ਦਾ ਟੂ ਸਟਾਰਟ ਵਿਦ। ਅੱਗੇ ਫਿਰ ਜੇ ਮੈਂ ਕੰਮ ਕਰੂੰਗਾ ਤਾਂ ਫਿਰ ਮੈਂ ਕੈਪਟਨ ਸੰਧੂ, ਇੱਕ ਹੋਰ ਵੀ ਸਾਡੇ NRI ਭਰਾਵਾਂ ਦਾ ਸਭ ਤੋਂ ਵੱਡਾ ਮੁੱਦਾ ਹੈਗਾ, ਅਗਰ ਤੁਸੀਂ ਉਹਨੂੰ ਲੋਕਾਂ ਦੇ ਵਿੱਚ ਲੈ ਕੇ ਜਾਓ ਔਰ ਸਾਡੇ ਦਰਸ਼ਕਾਂ ਨੂੰ ਵੀ ਉਸ ਬਾਰੇ ਜਾਣਕਾਰੀ ਦਿਓ, ਜੋ ਕਿ ਕਬਜ਼ਾ ਜ਼ਮੀਨਾਂ ਦੇ ਉੱਤੇ ਹੋ ਜਾਂਦਾ ਹੈ, ਜੋ ਪਰਿਵਾਰ ਇਸ ਬਾਹਰਲੇ ਮੁਲਕ ਆ ਕੇ ਵਸ ਗਿਆ, ਭਾਵੇਂ ਨੌਰਥ ਅਮਰੀਕਾ ਦੇ ਵਿੱਚ ਆ ਕੇ ਵਸ ਗਿਆ, ਅਤੇ ਨਾਜਾਇਜ਼ ਕਬਜ਼ੇ ਬੜੇ ਜਿਹੜੇ ਨੇ ਉਹ ਵੇਖੇ ਜਾਂਦੇ ਨੇ ਦਾਖੇ ਦੇ ਵਿੱਚ, ਔਰ ਕਈ ਸਾਰੇ ਜਿਹੜੇ ਰਿਪੋਰਟਾਂ ਹਨ ਉਹ ਬਕਾਇਦਾ ਤੌਰ ਦੇ ਉੱਤੇ ਪਰਚੇ ਵੀ ਦਰਜ ਹੋਏ ਹਨ, ਲੇਕਿਨ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ। ਉਸ ਇਹਨਾਂ ਮੁੱਦਿਆਂ ਦੇ ਉੱਤੇ ਤੁਸੀਂ ਕਿਵੇਂ ਵਚਨਬੱਧ ਹੋਵੋਗੇ, ਇਸ ਸਵਾਲ ਦਾ ਮੈਂ ਜ਼ਰੂਰ ਜਵਾਬ ਤੁਹਾਡੇ ਤੋਂ ਲੈਣਾ ਚਾਹਾਂਗਾ। ਮੈਂ ਫਿਲਹਾਲ ਇੱਕ ਕਮਰਸ਼ੀਅਲ ਲਈ ਇੱਥੇ ਰੁਕ ਰਿਹਾ, ਔਰ ਜਦ ਮੈਂ ਕਮਰਸ਼ੀਅਲ ਤੋਂ ਬਾਅਦ ਵਾਪਸ ਆਵਾਂਗਾ, ਕਾਫੀ ਸਾਰੇ ਕਾਲਰਸ ਵੀ ਮੇਰੇ ਨਾਲ ਕੈਪਟਨ ਸੰਧੂ ਜੁੜੇ ਹੋਏ ਹਨ, ਉਹਨਾਂ ਦੇ ਵੀ ਕਈ ਤਮਾਮ ਸਵਾਲ ਹੋਣਗੇ। ਆਈ ਵੁੱਡ ਲਾਈਕ ਟੂ ਟੇਕ ਦੇਅਰ ਕੁਸ਼ਚਨਸ ਐਜ਼ ਵੈਲ ਫੋਰ ਯੂ,
but I will take you after this short break. ब्रेक तो बाद साढ़े सारे दर्शकों का स्वागत है. कैप्टन संधु मेरे नाल मौजूद हैं. मैं एक सवाल उन्होंने पूछा सीगा ब्रेक तो जाने तो पहला, जेडे NRI भरावां दी जमीनां दे उत्ते कब्जे होंदे हन उन्होंने उत्ते किवें कैप्टन संधु जो कि दाखे तो उम्मीदवार हैं कांग्रेस पार्टी के वह वचनबद्ध होंगे. कई सारे लोग भी मेरे नाल जुड़े हुए हैं, उन्होंने भी मैं सवाल ले लेना, फिर कैप्टन साहब तो इस बारे भी मैं सवाल जरूर ले लवांगा. सत श्री अकाल जी, तुसीं ऑन एयर हो, कौन बोल रहे हो, कितों बोल रहे हो? जी मैं शमशेर सिंह लॉस एंजलस तो अर्ज करदा जी. जी सत श्री अकाल शमशेर जी. देखो जी, पंजाब दे विच चार जिमनी चोणां इकट्ठियां हो रहियां ने, शायद ये पहली बार होईयां होण. जे पंजाब दीआं जिमनी चोणां दे इतिहास वल नजर मारीए तां जिमनी चोणां हमेशा लोकल बॉडी दीआं चोणां वांगू सरकारी पार्टी दे हक दे विच ही भुगतदीआं रहियां ने. हाँ, जे कदे जिमनी चोण आपोजिशन पार्टी ने जीती आ तां उह जित आउंदीआं जनरल चोणां दे नतीजिआं संबंधी पंजाब दीआं कंधां ते लिखी जांदी आ. जी जी, थैंक यू वेरी मच. थैंक यू वेरी मच शमशेर सिंह जी. मैं अपने दर्शकों नूं वी अपील करना चाहांगा, जेकर तुहाडे ज़हन दे विच कोई सवाल है कैप्टन संधु होरां तों, तुसीं मैनूं इस हेठ लिखे नंबर दे उत्ते कॉल करके उस सवाल दा जवाब दे लिख सकदे हो. जी जी कैप्टन साहब. ਜੀ ਸਾਹਿਬ, ਇਸ ਤਰ੍ਹਾਂ ਸਾਹਿਬ ਬੜੀ ਇੰਟਰਸਟਿੰਗ ਤੁਸੀਂ ਕੁਐਸਚਨ ਪੁੱਛਿਆ. ਮੈਂ ਥੋੜ੍ਹਾ ਜਿਹਾ ਆਪਦਾ ਬੈਕਗਰਾਉਂਡ ਦੇ ਦਿਆਂ. ਸਧਾਰਨ ਪਰਿਵਾਰ 'ਚੋਂ ਉੱਠ ਕੇ ਮੈਂ ਇੱਕ ਹੋਸਟਲ, ਇੱਕ ਰੈਜ਼ੀਡੈਂਸ਼ੀਅਲ ਸਕੂਲ 'ਚ ਪੜ੍ਹਿਆ. ਉਸ ਤੋਂ ਬਾਅਦ ਮੈਂ ਮਰਚੈਂਟ ਨੇਵੀ ਚਲਾ ਗਿਆ, ਜ਼ਿੰਦਗੀ ਦੇਖੀ ਉੱਥੇ, ਬਾਹਰ ਦੇਸ਼ਾਂ ਦਾ ਘੁੰਮਣ ਦਾ ਮੌਕਾ ਮਿਲਿਆ. ਫਿਰ 15-16 ਸਾਲ ਦੀ ਸਰਵਿਸ ਕਰਨ ਤੋਂ ਬਾਅਦ ਮੈਂ ਉਹ ਛੱਡ ਕੇ, ਮੈਂ ਕੰਪਲੀਟ ਕਰਕੇ ਮੈਂ ਚੰਡੀਗੜ੍ਹ ਆ ਕੇ ਰਹਿ ਗਿਆ. ਉੱਥੇ ਆਪਦਾ ਬਿਜ਼ਨਸ ਸਟਾਰਟ ਕੀਤਾ ਜਿਹੜਾ ਠੀਕ ਠਾਕ ਚੱਲ ਪਿਆ, ਔਰ ਉਸ ਤੋਂ ਬਾਅਦ ਮੈਂ CM ਸਾਹਿਬ ਨਾਲ ਜੁੜ ਗਿਆ. ਮੈਂ ਤੁਹਾਨੂੰ ਇੱਕ ਛੋਟਾ ਜਿਹਾ ਇੰਸੀਡੈਂਟ ਸੁਣਾਉਂਦਾ. 2003 March 2000 ਨੂੰ ਮੇਰੇ ਫਾਦਰ ਸਾਹਿਬ ਪੂਰੇ ਹੋਏ, ਮੈਂ ਉਦੋਂ ਬਾਹਰ ਸੀਗਾ. ਮੇਰੇ ਫਾਦਰ ਸਾਹਿਬ ਦੇ ਪੂਰੇ ਹਜੇ ਹੋਏ ਨੂੰ ਹਜੇ 24 ਘੰਟੇ ਨਹੀਂ ਹੋਏ ਸੀ. ਜਿਹੜੀ ਪਹੀ ਸਾਡੇ ਘਰ ਨੂੰ ਆਉਂਦੀ ਸੀ ਉਸ ਤੇ ਸਾਡੇ ਗੁਆਂਢੀ ਨੇ ਕਬਜ਼ਾ ਕਰ ਲਿਆ. ਕਾਰਨ ਕੀ ਸੀ? ਤਿੰਨਾਂ ਭਰਾਵਾਂ 'ਚ ਦੋ ਭਰਾ ਬਾਹਰ ਸੀ, ਤੀਜੇ ਭਰਾ ਬੜੇ ਸਹਿਣਸ਼ੀਲਤਾ ਸ਼ਰੀਫ ਇਨਸਾਨ, ਕਿਸੇ ਨਾਲ ਲੜਾਈ ਕਰਨ ਵਾਲੇ ਨਹੀਂ ਸੀ. ਸੋ ਕਬਜ਼ਿਆਂ ਦੇ ਨਾਲ ਮੈਂ ਬੜਾ, ਜਿਹਨੂੰ ਕਹਿ ਲਓ ਮੈਂ ਆਪ ਹੰਢਾਏ ਆ ਕਬਜ਼ੇ. ਇਹ ਜਿਹੜਾ ਇਸ਼ੂ ਹੈਗਾ NRI ਦਾ ਇਸ਼ੂ, ਜਿਹੜਾ ਸਿਰਫ ਕਬਜ਼ਿਆਂ ਤੱਕ ਨੀ ਹਰਕੀਰਤ ਜੀ ਜੁੜਿਆ, NRI ਹੋਰ ਬੜੀਆਂ ਮਲਟੀਪਲ ਪ੍ਰੋਬਲਮਸ ਫੇਸ ਕਰ ਰਹੇ ਆ. ਸਰਕਾਰਾਂ ਆਉਂਦੀਆਂ, ਮੈਨੀਫੈਸਟੋਸ ਬਣਦੇ ਆ, ਉਹਦੇ ਵਿੱਚ ਪ੍ਰੋਮਿਸਿਸ ਹੁੰਦੇ ਆ, ਪਰ ਜਦੋਂ ਬਣ ਜਾਂਦੀ ਹੈ ਜੀ NRI ਦੀ ਇੱਕ, ਜਿਸ ਕਿਸਮ ਨਾਲ NRI ਕੰਟਰੀਬਿਊਟ ਕੈਨੇਡਾ, ਅਮੈਰੀਕਾ ਜਾਂ ਦੂਜੀ ਕੰਟਰੀਜ ਕਰ ਰਹੇ ਆ, ਉਸ ਕਿਸਮ ਦੀ ਕੰਟਰੀਬਿਊਸ਼ਨ ਪੰਜਾਬ ਦੇ ਵਿੱਚ ਵੀ ਲੋੜ ਹੈ, ਔਰ NRI ਕਰਨਾ ਚਾਹੁੰਦੇ ਆ. ਔਰ ਇਹੀ ਕਾਰਨ ਹੈ ਉਹ ਹਰ ਇਲੈਕਸ਼ਨ ਦੇ ਵਿੱਚ ਬੜੇ ਇੰਪੋਰਟੈਂਟਲੀ ਆਪਦੇ ਆਪ ਨੂੰ ਜਿਹਨੂੰ ਕਹਿ ਲਓ ਉਹਦੇ ਵਿੱਚ ਪਾਰਟੀਸਪੇਟ ਕਰਨ ਦੀ ਕੋਸ਼ਿਸ਼ ਕਰਦੇ ਆ. ਇਹ ਇਸ਼ੂਜ NRI ਨੂੰ ਤਾਂ, ਮੇਰੇ ਕੋਲ ਇਹੋ ਜਿਹੇ ਇਸ਼ੂਜ ਹੈਗੇ ਆ ਜਿਹੜੇ ਮੈਂ ਆਪ ਪਰਸਨਲੀ ਡੀਲ ਕਰਦੇ ਆ, ਜਿੱਥੇ ਕਿ NRI ਦੀਆਂ ਪ੍ਰੋਪਰਟੀਜ਼ ਦੇ ਵਿੱਚ ਕਬਜ਼ੇ ਹੋ ਚੁੱਕੇ ਆ, ਔਰ ਉਹਨਾਂ ਨੂੰ ਵਾਪਸ ਇੰਡੀਆ ਆਉਣ ਲਈ ਵੀ ਧਮਕੀਆਂ ਮਿਲ ਰਹੀਆਂ. ਸੋ ਸਾਹਿਬ, ਪੂਰੇ ਵਿੱਚ ਮੈਂ 3-4 ਕੇਸਿਸ ਇਹੋ ਜਿਹੜੇ ਮੈਂ ਡੀਲ ਕੀਤੇ, ਔਰ ਉਹਨਾਂ ਨੂੰ ਸਕਸੈਸਫੁਲੀ ਹੈਂਡਲ ਕਰਕੇ ਜੋ ਉਹਨਾਂ ਨਾਲ ਬਣਦਾ ਸੀ ਦਵਾਇਆ, ਆਰਾਮ ਨਾਲ ਉਹ ਵਾਪਸ ਆਏ, ਉਹਨਾਂ ਦਾ ਇੱਜ਼ਤ ਮਾਨ ਬਹਾਲ ਹੋਇਆ. ਸੋ ਸਾਹਿਬ, ਹੁਣ ਪਹਿਲਾਂ ਮੇਰੇ, ਕਿਉਂਕਿ ਮੇਰਾ ਜਿਹੜਾ ਸਕੋਪ ਆਫ ਵਰਕ ਹੈ ਉਹ ਹੁਣ ਦਾਖਾ ਸੈਂਟ੍ਰਿਕ ਹੋ ਜਾਣਾ ਹੈ. I think people from all the other constituencies, even they expect same thing from you, that you can bring this thing to Captain Amarinder Singh, so he can look for it or dekh sakde han is issue nu, because you are very close to Captain Amarinder Singh. Sir, otherwise also Harkirat ji, it is a duty. Ji ji, kyon kise de gharan te kabze hon, right, kyon kise de zameen te kabze hon sir, jaddi bilkul bilkul Sadhu sahab, mere naal aake khareedi hai. Correct. ਮੇਰੇ ਨਾਲ ਹੋਰ ਵੀ ਕਾਲਰਸ ਨੇ, ਉਹਨਾਂ ਦੇ ਵੀ ਮੈਂ ਸਵਾਲ ਪੁੱਛ ਲੈਣਾ ਕੀ ਕੁਝ ਤੁਹਾਨੂੰ ਜਾਂ ਫਿਰ ਸਟੇਜ ਦੇ ਉੱਤੇ ਰੱਖਣਾ ਚਾਹੁੰਦੇ ਹਨ. ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਵਾਲੀਆ ਸਾਹਿਬ, ਚਰਨ ਸਿੰਘ ਪ੍ਰੇਮਪੁਰਾ ਨਿਊਯਾਰਕ ਤੋਂ ਬੋਲਦਾ. ਹਾਂਜੀ ਪ੍ਰੇਮਪੁਰਾ ਸਾਹਿਬ, ਠੀਕ ਹੋ? ਹਾਂਜੀ ਹਾਂਜੀ, ਕਿਰਪਾ ਹੈ ਤੁਹਾਡੀ. ਕਿਰਪਾ ਤੇ ਗੁਰੂ ਸਾਹਿਬ ਦੀ ਹੋਣੀ ਚਾਹੀਦੀ ਹੈ ਔਰ ਉਹਨਾਂ ਦੀ ਹੈ ਹਮੇਸ਼ਾ. ਹਾਂਜੀ ਹਾਂਜੀ, ਹੋਣਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਜੋ ਹੋਣਾ. ਜੀ ਜੀ ਜੀ, ਪ੍ਰੇਮਪੁਰਾ ਸਾਹਿਬ ਕੀ ਕਹਿਣਾ ਚਾਹੋਗੇ? ਸੰਧੂ ਸਾਹਿਬ ਵੀ ਲਾਈਨ ਦੇ ਉੱਤੇ ਹਨ ਤੇ ਬੜੀ ਚੰਗੀ ਗੱਲ ਹੈ, ਸੰਧੂ ਸਾਹਿਬ ਲਾਈਨ ਦੇ ਉੱਤੇ ਨੇ. ਜੀ ਮੈਂ ਇਹ ਕਹਿਣਾ ਚਾਹੁੰਦਾ ਵੀ ਜੋ ਦੂਜੀਆਂ ਪਾਰਟੀਆਂ ਸੀ ਨਾ ਜੀ,
ਖਹਿਰਾ, ਗਾਂਧੀ, ਬੈਂਸ, ਇਹਨਾਂ ਨੂੰ ਮੈਂ ਸਾਹਬ ਨਹੀਂ ਲਾਵਾਂਗਾ, ਛਿੱਤਰੀ ਦਾਲ ਵੰਡਦੇ ਪਏ ਨੇ ਬਸਪਾ ਵਾਲੇ, ਇਹ ਤਾਂ ਖੁਦ ਥਾਲੀ 'ਚ ਪਾ ਕੇ ਮੌਕੇ ਦੀ ਸਰਕਾਰ ਨੂੰ ਸੀਟਾਂ ਦੇ ਰਹੇ ਨੇ ਚਾਰੇ ਜੀ, ਇਹ ਵਧਾਈ ਦੇ ਪਾਤਰ ਨੇ। ਇਹ ਚਾਰ ਨੀ ਇਕੱਠੀਆਂ ਲੜ ਸਕਦੇ ਤੇ 17 ਕਿੱਥੋਂ ਲੜ ਲੈਣਗੇ ਜੀ? ਜੀ 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 ਸੰਧੂ ਸਾਹਿਬ ਨੂੰ ਵਧਾਈਆਂ ਜੀ, ਇਹਨਾਂ ਦੇ ਜਿਹੜੇ ਉਹ ਆਪੋਜੀਸ਼ਨ ਵਾਲੇ ਨੇ ਉਹ ਛਿੱਤਰੀ ਦਾਲ ਵੰਡਣ ਡਏ ਜੀ। ਜੀ 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 ਪ੍ਰੇਮਪੁਰਾ ਸਾਹਿਬ ਮਿਹਰਬਾਨੀ ਤੁਹਾਡੀ। ਮੈਂ ਪ੍ਰੇਮਪੁਰਾ ਜੀ ਦਾ ਮੈਂ ਜਵਾਬ ਦੇ ਸਕਦਾ ਜੀ? ਜੀ ਸੰਧੂ ਸਾਹਿਬ, ਦੇਖੋ ਇਸ ਤਰ੍ਹਾਂ ਹੈਗਾ ਜੀ ਕਿ ਮੈਂ ਸਿਰਫ ਕਿਉਂਕਿ ਜਿਹੜੀ ਜਿਮਨੀ ਚੋਣ ਇਸ ਤੋਂ ਪਹਿਲਾਂ ਜਿਹੜੇ ਲੋਸ ਏਂਜਲਸ ਤੋਂ ਤੁਹਾਡੇ ਨਾਲ ਸਰੋਤੇ ਜੁੜੇ ਸੀ ਉਹਨਾਂ ਦੀ ਵੀ ਗੱਲ ਆਖੀ ਕਿ ਜਿਮਨੀ ਚੋਣ ਦੇ ਵਿੱਚ ਤਕਰੀਬਨ ਇਹ ਹੁੰਦੀ ਹੈ ਕਿ ਜਿਹਦੀ ਸਰਕਾਰ ਹੁੰਦੀ ਹੈ ਉਹਦੀ ਜਿੱਤ ਹੁੰਦੀ ਆ ਜੀ। ਇਹ 'ਚ ਕੋਈ ਸ਼ੱਕ ਨੀ ਸਾਹਿਬ ਕਿ ਹੋ ਸਕਦਾ ਇਹ ਹੁੰਦਾ ਹੋਵੇ, ਪਰ ਮੈਂ ਜਦੋਂ ਦਾਖੇ 'ਚ ਆਇਆ ਜਾਂ ਮੈਂ ਹੁਣ ਜਿਵੇਂ ਦਾਖੇ ਵਿੱਚ ਤੁਰ ਕੇ ਆਪਦਾ ਕੰਮ ਸ਼ੁਰੂ ਕਰਤਾ, ਮੈਂ ਇਸਨੂੰ ਇਸ ਤਰੀਕੇ ਨਾਲ ਦੇਖ ਨੀ ਰਿਹਾ ਸਾਹਿਬ। ਮੈਂ ਇਸ ਤਰੀਕੇ ਨਾਲ ਦੇਖ ਰਿਹਾ ਕਿ ਮੈਂ ਲੋਕਾਂ ਤੱਕ ਜਿਹੜੇ ਲੋਕਾਂ ਨੇ ਮੇਰੇ ਤੇ ਇੰਨਾ ਵਿਸ਼ਵਾਸ ਪਿਛਲੇ 8-9 ਦਿਨਾਂ 'ਚ ਦਿਖਾਤਾ, ਇਸ ਵਿਸ਼ਵਾਸ ਤੇ ਉਹਨਾਂ ਦੀ ਇਹ ਸੋਚ ਤੇ ਮੈਂ ਕਿਵੇਂ ਪੂਰਾ ਉਤਰਨਾ, ਮੈਨੂੰ ਇਸ ਗੱਲ ਦਾ ਸਭ ਤੋਂ ਵੱਡਾ ਮੈਂ ਸੋਚਦਾ ਮੇਰੇ ਮਨ ਤੇ ਆਲਰੇਡੀ ਇਸ ਗੱਲ ਦਾ ਸੋਚ ਮੇਰੇ ਮਨ 'ਚ ਆ ਚੁੱਕੀ ਹੈ ਵੀ ਇਸ ਨੂੰ ਪੂਰਾ ਉਤਰਨਾ ਕਿਵੇਂ। ਤੇ ਸ਼੍ਰੋਮਣੀ ਅਕਾਲੀ ਦਲ ਵੀ ਕਹਿੰਦੀ ਹੈ ਕਿ ਅਸੀਂ ਵੀ ਵਚਨਬੰਧ ਹੋਵਾਂਗੇ, ਅਸੀਂ ਲੰਬੇ ਸਮੇਂ ਤੋਂ ਕੌਮ ਦੇ ਲਈ ਲੜਦੇ ਹੋਏ ਆਏ ਹਾਂ, ਇਸ ਵਾਰ ਵੀ ਅਸੀਂ ਕੌਮ ਦੇ ਲਈ ਲੜਾਂਗੇ ਔਰ ਅਸੀਂ ਜਿੱਤ ਕੇ ਦਿਖਾਵਾਂਗੇ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਯਾਲੀ ਹੋਰਾਂ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਕਿਸੇ ਕੈਂਡੀਡੇਟ ਦੇ ਪਰਸਨਲ ਜਿਹੜਾ ਇਸ਼ੂ ਹੈਗਾ ਉਸਤੇ ਅਟੈਕ ਕਰਨਾ, ਮੈਂ ਪਹਿਲੇ ਦਿਨ ਕੀ ਕਹਿ ਰਿਹਾ ਕਿ ਮੇਰੀ ਕੈਂਪੇਨ ਦਾ ਉਹ ਹਿੱਸਾ ਨਹੀਂ ਹੋਣਗੇ। ਕੈਂਪੇਨ ਦਾ ਹਿੱਸਾ ਸਿਰਫ ਦਾਖੇ ਦਾ ਵਿਕਾਸ, ਦਾਖੇ ਦੀ ਜ਼ਰੂਰਤ, ਦਾਖੇ ਨੂੰ ਕਿਵੇਂ ਪ੍ਰਗਤੀ ਦੇ ਲੀਹ ਤੇ ਪਾਉਣਾ ਹੈ, ਜਿਹੜਾ ਵੀ ਪਿੱਛੇ ਕੋਈ ਕਮੀਆਂ ਰਹਿ ਗਈਆਂ ਠੀਕ ਹੈ, ਉਹ ਹੈਗਾ ਉਹਨਾਂ ਨੇ ਜੋ ਕੀਤਾ ਉਹਨਾਂ ਨੇ ਦੇਖਣਾ ਜੀ। ਚਲੋ ਮੇਰੇ ਨਾਲ ਹੋਰ ਵੀ ਕਾਲਰ ਮੌਜੂਦ ਨੇ ਕੈਪਟਨ ਸਾਹਿਬ, ਮੇਰੇ ਨਾਲ ਹੋਰ ਵੀ ਕਾਲਰ ਮੌਜੂਦ ਨੇ ਜੀ, ਤੁਹਾਡਾ ਸਵਾਲ ਤੁਸੀਂ ਔਨ ਏਅਰ ਹੋ ਜੀ। ਹੈਲੋ ਜੀ, ਮੈਂ ਆਪਣੇ ਕਾਲਰਾਂ ਦਾ ਸਵਾਗਤ ਕਰਨਾ ਚਾਹੁੰਦਾ, ਕੀ ਸਵਾਲ ਪੁੱਛਣਾ ਚਾਹੁੰਦੇ ਤੁਸੀਂ? ਤੁਸੀਂ ਔਨ ਏਅਰ ਹੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਆਈ ਥਿੰਕ ਆਵਾਜ਼ ਤੁਹਾਡੇ ਕੋਲ ਨਹੀਂ ਪਹੁੰਚ ਰਹੀ, ਲੇਕਿਨ ਮੈਂ ਆਪਣੇ ਕਾਲਰਾਂ ਨੂੰ ਦਰਖਵਾਸਤ ਕਰਾਂਗਾ ਜਦ ਤੁਸੀਂ ਕਾਲ ਕਰਦੇ ਹੋ ਤਾਂ ਆਪਣੇ ਟੀ ਵੀ ਸੈੱਟ ਦੀ ਜਿਹੜੀ ਵੋਲਿਊਮ ਹੈ ਉਹਨੂੰ ਘੱਟ ਕਰ ਲਿਆ ਕਰੋ ਤਾਂ ਕਿ ਤੁਹਾਡੀ ਜਿਹੜੀ ਆਵਾਜ਼ ਹੈ ਉਹ ਸਾਡੇ ਕੋਲ ਪਹੁੰਚ ਸਕੇ। ਕੈਪਟਨ ਸੰਧੂ ਵੀ ਮੇਰੇ ਨਾਲ ਇਸ ਟਾਈਮ ਮੌਜੂਦ ਹਨ, ਫਿਲਹਾਲ ਮੈਂ ਇੱਕ ਕਮਰਸ਼ੀਅਲ ਬ੍ਰੇਕ ਲਈ ਇੱਥੇ ਰੁਕ ਰਿਹਾ, ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ, ਲਵਾਂਗੇ ਹੋਰ ਸਵਾਲਾਂ ਦੇ ਜਵਾਬ, ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਕੈਪਟਨ ਸੰਦੀਪ ਸਿੰਘ ਸੰਧੂ ਸਾਡੇ ਨਾਲ ਜੁੜੇ ਹਨ ਜੋ ਕਿ ਦਾਖੇ ਤੋਂ ਉਮੀਦਵਾਰ ਹਨ ਕਾਂਗਰਸ ਪਾਰਟੀ ਦੇ। ਕੈਪਟਨ ਸਾਹਿਬ, ਜਾਂਦੇ ਜਾਂਦੇ ਕੀ ਕੁਝ ਅਪੀਲ NRI ਭਰਾਵਾਂ ਨੂੰ ਕਰਨਾ ਚਾਹੋਗੇ? ਸਭ NRI ਭਰਾਵਾਂ ਤੁਹਾਡੇ ਚੈਨਲ ਰਾਹੀਂ ਮੈਂ ਰੂਬਰੂ ਹੋਇਆ NRI ਭਰਾਵਾਂ ਨਾਲ, ਮੈਂ ਤਾਂ ਸਿਰਫ ਇੱਕ ਹੀ ਬੇਨਤੀ ਕਰੂੰਗਾ ਸਾਹਿਬ ਕਿ ਇਹਨਾਂ ਨੇ ਪਿਛਲੇ 10-12 ਸਾਲ ਦੀ ਐਕਟੀਵਿਟੀ ਦੀ ਗੱਲ ਕਰ ਸਕਦਾ ਜੀ, ਇਹਨਾਂ ਨੇ ਬੜਾ ਅਹਿਮ ਰੋਲ ਜਾਂ ਅਹਿਮ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਲਈ, ਕਿ ਪੰਜਾਬ ਕਿਸ ਤਰੀਕੇ ਨਾਲ ਜਿਸ ਪੰਜਾਬ ਨੂੰ ਪਿੱਛੇ ਛੱਡ ਕੇ ਅੱਜ ਕੈਨੇਡਾ ਜਾਂ ਅਮਰੀਕਾ ਗਏ ਔਰ ਉੱਥੇ ਉਹ ਬਹੁਤ ਅੱਛਾ ਉਹਨਾਂ ਨੇ ਆਪਦਾ ਨਾਮ ਕਮਾਇਆ ਹਰ ਖੇਤਰ ਵਿੱਚ, ਉਹ ਕਿਸੇ ਵੀ ਤਰੀਕੇ ਨਾਲ ਵਾਪਸ ਪੰਜਾਬ ਨਾਲ ਜੁੜ ਕੇ ਪੰਜਾਬ ਦੀ ਤਰੱਕੀ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੈ। ਮੈਂ ਸਿਰਫ ਇੱਕ ਬੇਨਤੀ ਕਰੂੰਗਾ ਸਾਹਿਬ ਕਿ ਮੈਂ ਇੱਕ ਜ਼ਰੀਆ ਬਣਨ ਦੀ ਕੋਸ਼ਿਸ਼ ਕਰੂੰਗਾ, ਇੱਕ ਇਹਨਾਂ ਦੇ ਨਾਲ ਇੱਕ ਕਨੈਕਟ ਬਣਾ ਕੇ ਇਹ ਕੋਸ਼ਿਸ਼ ਕਰੂੰਗਾ ਕਿ ਜੋ ਇਹਨਾਂ ਦੀਆਂ ਸੋਚਾਂ ਹੈਗੀਆਂ, ਮੈਂ ਨੀ ਕਹਿੰਦਾ ਮੈਂ 100% ਜੁੜ ਸਕਦਾ ਤੇ ਮੈਂ ਸਾਰੇ ਬੰਦਿਆਂ ਨਾਲ ਜੁੜ ਕੇ ਮੈਂ ਪਤਾ ਨੀ ਕੀ ਕਰ ਦੂੰਗਾ, ਪਰ ਮੈਂ ਕੁਛ ਚੰਦ ਬੰਦਿਆਂ ਨਾਲ ਹੀ ਜੁੜ ਕੇ ਠੀਕ ਹੈ ਕਿਸ ਇਸ ਇਸ ਜਿਹੜਾ ਕਨੈਕਟ ਨੂੰ ਹੈ ਇਸ ਨੂੰ ਸਭ ਤੋਂ ਪਹਿਲਾਂ ਜਿਹੜੀ ਕੜੀ ਜਿਹੜੀ ਆਲਮੋਸਟ ਹੁਣ ਜਿਹੜੀ ਤਰੇੜਾਂ ਆ ਚੁੱਕੀਆਂ ਟੁੱਟ ਚੁੱਕੀਆਂ, ਸਭ ਤੋਂ ਪਹਿਲਾਂ ਕੌਨਫੀਡੈਂਸ ਬਿਲਡਿੰਗ ਇਹ ਬਹੁਤ ਜ਼ਰੂਰੀ ਹੈ ਸਾਹਿਬ ਕਿ NRI ਦੁਬਾਰਾ ਵਿਸ਼ਵਾਸ ਕਰਨ ਕਿ ਯਾਰ ਜੇ ਅਸੀਂ ਪੰਜਾਬ ਲਈ ਕੁਛ ਕਰਨਾ ਚਾਹੁੰਦੇ ਹਾਂ ਜਾਂ ਕੁਛ ਕਰਨਾ ਸਾਡੇ ਮਨ ਦੇ ਵਿੱਚ ਹੈਗਾ, ਸਾਡੀ ਗੱਲ ਦੀ ਸੁਣਵਾਈ ਹੁੰਦੀ ਹੈ, ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਆਹ ਜਿਹੜਾ ਬੌਂਡ ਹੈ ਇਹ ਦੁਬਾਰਾ ਸਥਾਪਿਤ ਕਰਨਾ, ਦੁਬਾਰਾ ਇਹਨੂੰ ਵਰਕਆਊਟ ਕਰਨਾ, ਉਸ ਤੋਂ ਬਾਅਦ ਸਾਹਿਬ ਜੇ ਇੱਕ ਵਾਰੀ ਹੋ ਗਿਆ ਫਿਰ ਬਾਕੀ ਪ੍ਰੋਬਲਮਾਂ ਜਿਹੜੀਆਂ ਹੈਗੀਆਂ ਉਹ ਵੱਡੇ ਮੁੱਦੇ ਨਹੀਂ ਰਹਿਣਗੇ। ਠੀਕ ਹੈ, ਮਿਹਰਬਾਨੀ ਤੁਹਾਡੀ ਕੈਪਟਨ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਦੇ ਕੇ ਔਰ ਦਾਖੇ ਦੇ ਮਸਲਿਆਂ ਨੂੰ ਇਸ ਮੰਚ ਦੇ ਉੱਤੇ ਲੈ ਕੇ ਆਏ ਔਰ ਅਸੀਂ ਤੁਹਾਨੂੰ ਬੈਸਟ ਆਫ ਲੱਕ ਕਹਿ ਸਕਦੇ ਹਾਂ,
ਔਰ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਜਿਹੜੇ ਦਾਖੇ ਦੇ ਵਸਨੀਕ ਅੱਜ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਆ ਕੇ ਵਸੇ ਹਨ ਅਤੇ ਜੇਕਰ ਉਹਨਾਂ ਦੇ ਜ਼ਿਹਨ ਦੇ ਵਿੱਚ ਕੋਈ ਵੀ ਸਵਾਲ ਹੈ ਉਹ ਮੈਨੂੰ ਲਿਖ ਸਕਦੇ ਹਨ ਵੀ ਕੈਨ ਡੈਫੀਨੇਟਲੀ ਆਸ ਕੈਪਟਨ ਸੰਧੂ ਯੂ ਕੈਨ ਰਾਈਟ ਮੀ ਅ ਮੇਲ info@justbroadcasting.com harkirat@justbroadcasting.com ਸੰਧੂ ਸਾਹਿਬ ਤੁਹਾਡੀ ਕੋਈ ਈਮੇਲ ਆਈ ਡੀ ਹਰਕੀਰਤ ਜੀ ਮੈਂ ਦੋ ਚੀਜ਼ਾਂ ਦੇਣੀਆਂ ਚਾਹੁੰਦਾ ਇੱਥੇ ਮੈਂ ਜਦੋਂ ਕਿਸੇ ਨੂੰ ਜਿਹੜਾ ਕੋਈ ਬੰਦਾ ਮੇਰੇ ਨਾਲ ਟੈਲੀਫੋਨ ਤੇ ਜੁੜਦਾ ਲੋਕਲ ਉਹ ਕਹਿੰਦਾ ਸਾਹਿਬ ਆਪਦੇ PA ਦਾ ਨੰਬਰ ਦੇ ਦਿਓ ਜੀ ਮੈਂ ਕਿਹਾ ਸਾਹਿਬ ਮੈਂ ਤੁਹਾਡਾ ਫੋਨ 4 ਘੰਟੇ ਨਾਲ ਚੱਕਾ ਉਹ ਬਿਹਤਰ ਹੈ ਪਰ ਨੰਬਰ ਮੇਰਾ ਹੀ ਲਓ ਜੀ ਸੋ ਦੈਟ ਆਈ ਕੈਨ ਕਨੈਕਟ ਵਿਦ ਯੂ ਡਾਇਰੈਕਟਲੀ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੁੰਦੀ ਹੈ ਆਈ ਵੁੱਡ ਲਾਈਕ ਟੂ ਬੀ ਰਿਸਪੋਨਸੀਬਲ ਫਾਰ ਮਾਈ ਸੈਲਫ ਓਕੇ ਮਾਈ ਮੋਬਾਈਲ ਨੰਬਰ ਇਜ਼ 9417200031 ਚਾਹਾਂਗਾ ਕਿ ਫੇਸਬੁੱਕ ਨੂੰ ਛੱਡ ਕੇ ਬਾਕੀ ਇਹ ਤਰੀਕੇ ਜੜ ਕੇ ਜੇ ਲੋਕ NRI ਦੌਰਾਨ ਮੇਰੇ ਨਾਲ ਸਿੱਧਾ ਜੁੜ ਸਕਣ ਮੇਰੇ ਫੋਨ ਰਾਹੀਂ ਔਰ ਮੈਂ ਇੱਕ ਹੋਰ ਬੇਨਤੀ ਕਰਾਂਗਾ ਟਾਈਮ ਡਿਫਰੈਂਸ ਹੋਣ ਕਰਕੇ ਪਲੱਸ ਅੱਜ ਕੱਲ੍ਹ ਕੈਂਪੇਨ ਚੱਲਣ ਕਰਕੇ ਜਿਹੜਾ ਸਾਡਾ ਸਵੇਰੇ 9 ਵਜੇ ਤੋਂ ਲੈ ਕੇ 8-9 ਵਜੇ ਤੱਕ ਰਾਤ ਦਾ ਟਾਈਮ ਹੈ ਇਹਦੇ ਵਿੱਚ ਟੈਲੀਫੋਨ ਚੱਕਣਾ 21 ਅਕਤੂਬਰ ਤੱਕ ਔਖਾ ਹੋਊਗਾ ਠੀਕ ਹੈ ਰਾਤ ਨੂੰ 9 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਠੀਕ ਹੈ ਮਿਹਰਬਾਨੀ ਕੈਪਟਨ ਸੰਧੂ ਤੁਸੀਂ ਆਪਣੇ ਵਿਚਾਰ ਇਸ ਮੰਜ਼ਿਲ ਤੇ ਰੱਖੇ ਤੇ ਆਪਣਾ ਤੁਸੀਂ ਸੰਪਰਕ ਵੀ ਰੱਖਿਆ ਸਾਡੀ ਆਡੀਅੰਸ ਦੇ ਨਾਲ ਜੇਕਰ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਸਵਾਲ ਹੈ ਤਾਂ ਤੁਸੀਂ info@justbroadcasting.com harkirat@justbroadcasting.com ਦੇ ਉੱਤੇ ਲਿਖ ਕੇ ਭੇਜ ਸਕਦੇ ਹੋ ਫਿਲਹਾਲ ਅੱਜ ਦੇ ਇਸ ਮੰਚ ਦੇ ਉੱਤੇ ਮੈਨੂੰ ਹਰਕੀਰਤ ਸਿੰਘ ਆਲੂਵਾੜੀ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ